ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਿੰਦਰ ਢੱਲਾ। ਮੁੱਦੇ ਦੀ ਗੱਲ ਵਿੱਚ ਅਸੀਂ ਸਾਰੇ ਅਹਿਮ ਪੁਆਇੰਟਸ 'ਤੇ ਗੱਲ ਕਰਦੇ ਹਾਂ, ਔਰ ਅੱਜ ਜੇ ਅਸੀਂ ਵੱਖ ਵੱਖ ਤਸਵੀਰਾਂ ਦੇਖੀਏ ਤਾਂ ਮੁਲਕ ਦੇ ਵਿੱਚ ਮਾਹੌਲ ਠੀਕ ਉਸੇ ਤਰ੍ਹਾਂ ਦਾ ਬਣਦਾ ਜਾ ਰਿਹਾ ਜਿਹੋ ਜਿਹਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2013 ਅਤੇ 2014 ਦੇ ਦਰਮਿਆਨ ਸੀ। ਭਾਵ ਉਸ ਵੇਲੇ ਮਾਹੌਲ ਕਾਂਗਰਸ ਦੇ ਖਿਲਾਫ਼ ਸੀ, BJP ਦੇ ਲੋਕ ਸੜਕਾਂ 'ਤੇ ਸੀ, ਕਾਂਗਰਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਸਨ, ਕੇਜਰੀਵਾਲ ਸਾਹਿਬ ਦੀ ਟੀਮ ਵੀ ਧਰਨਾ ਪ੍ਰਦਰਸ਼ਨ ਕਰ ਰਹੀ ਸੀ ਅਤੇ ਵੱਖ ਵੱਖ ਸੰਗਠਨ। ਉਸੇ ਤਰ੍ਹਾਂ ਦਾ ਮਾਹੌਲ ਅੱਜ ਕੱਲ੍ਹ ਮੁਲਕ ਦੇ ਵਿੱਚ ਹੈ, ਪੰਜਾਬ 'ਚ ਵੀ ਤਸਵੀਰ ਅਜਿਹੀ ਹੈ, ਚੰਡੀਗੜ੍ਹ ਦੇ ਵਿੱਚ ਵੀ ਮਾਹੌਲ ਕਿਤੇ ਨਾ ਕਿਤੇ BJP ਦੇ ਖਿਲਾਫ਼ ਬਣਦਾ ਜਾ ਰਿਹਾ। ਕਿਤੇ ਨਾ ਕਿਤੇ ਨਰਿੰਦਰ ਮੋਦੀ ਨੂੰ ਚੁਣੌਤੀ ਮਿਲ ਰਹੀ ਹੈ ਕਿ ਬਹੁਤ ਆਸਾਨੀ ਦੇ ਨਾਲ ਤੁਸੀਂ ਸੱਤਾ ਦੇ ਵਿੱਚ ਵਾਪਸੀ ਨਹੀਂ ਕਰ ਸਕਦੇ। ਜੇ ਤੁਸੀਂ ਸੱਤਾ 'ਚ ਵਾਪਸ ਆਉਣਾ ਹੈ ਤਾਂ ਤੁਹਾਨੂੰ 1 ਸਾਲ ਦੇ ਵਿੱਚ ਕ੍ਰਿਸ਼ਮਾਈ ਪ੍ਰਧਾਨ ਮੰਤਰੀ ਬਣਨਾ ਪਊਗਾ। ਸੋ ਕ੍ਰਿਸ਼ਮਾ ਕੀ ਕਰਨਗੇ ਮੋਦੀ ਸਾਹਿਬ, ਇਹਦਾ ਵੀ ਇੰਤਜ਼ਾਰ ਰਹੇਗਾ। ਪਰ ਫਿਲਹਾਲ ਦੇਸ਼ 'ਚ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਅਤੇ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਦੇ ਦੌਰੇ 'ਤੇ ਨੇ, ਸਮਝਦੇ ਹਾਂ ਉਹਨਾਂ ਦੀ ਮਜਬੂਰੀ ਹੈ ਵਿਦੇਸ਼ ਜਾਣਾ, ਪਰ ਮੁਲਕ ਨੂੰ ਸਾਂਭਣਾ ਵੀ ਉਹਨਾਂ ਦੀ ਜ਼ਰੂਰਤ ਜਾਂ ਪਹਿਲ ਹੋਣੀ ਚਾਹੀਦੀ ਹੈ, ਉਹਨਾਂ ਦੇ ਮੁਤਾਬਕ ਹੈਗੀ ਹੈ। ਹੁਣ ਤਸਵੀਰ ਇਹ ਹੈ ਪੂਰੇ ਮੁਲਕ 'ਚ ATM ਬਹੁਤੀਆਂ ਥਾਵਾਂ 'ਤੇ ਖਾਲੀ ਹੋ ਗਏ ਨੇ, ਲਾਈਨਾਂ ਠੀਕ ਉਸੇ ਤਰ੍ਹਾਂ ਦੀਆਂ ਲੱਗ ਗਈਆਂ ਨੇ ਜਿਹੋ ਜਿਹੀਆਂ ਲਗਭਗ ਨੋਟਬੰਦੀ ਦੇ ਵੇਲੇ ਲੱਗੀਆਂ ਸੀ। 2016 ਦੀ ਨਵੰਬਰ ਅਤੇ ਦਸੰਬਰ ਦੀ ਹਰ ਦਿਨ ਦੀ ਸ਼ੁਰੂਆਤ ਜਿਹੜੀ ਇਸੇ ਤਰ੍ਹਾਂ ਹੁੰਦੀ ਸੀ ਜਿਵੇਂ ਅੱਜ ਪੂਰੇ ਮੁਲਕ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ATMs ਦੇ ਬਾਹਰ ਲਾਈਨਾਂ ਲੱਗੀਆਂ ਨੇ। ਇੱਕ ਹੋਰ ਤਸਵੀਰ ਹੈ ਮੋਦੀ ਸਾਹਿਬ ਦੇ ਖਿਲਾਫ਼ ਮੁਲਕ ਦੇ ਵਿੱਚ ਥਾਂ ਥਾਂ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਇਸ ਹੱਕ 'ਚ ਕਿ ਇਨਸਾਫ਼ ਦਿਓ, ਲਗਾਤਾਰ ਮੁਲਕ 'ਚ ਬਲਾਤਕਾਰ ਵੱਧ ਰਹੇ ਨੇ। ਦਿੱਲੀ 'ਚ ਅਕਾਲੀ ਦਲ ਦੀਆਂ ਬੀਬੀਆਂ ਨੇ ਵੀ ਮੰਗ ਪੱਤਰ ਸੌਂਪਿਆ ਹੈ, ਔਰ ਵੱਖ ਵੱਖ ਸੰਗਠਨ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ, ਔਰ BJP ਨੂੰ ਕਿਸ ਕਿਸ ਨਾਮ ਦੇ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਅੱਜ ਔਨਲਾਈਨ ਅਖਬਾਰ ਪੜ੍ਹੇ ਨੇ ਦੁਨੀਆ ਦੇ ਵੱਖ ਵੱਖ ਮੁਲਕਾਂ 'ਚ ਜਾਂ ਗੂਗਲ ਸਰਚ ਕੀਤਾ ਅਤੇ ਉਹ ਸਮਝ ਗਏ ਹੋਣਗੇ ਸੁਬਰਾਮਨੀਅਮ ਸਵਾਮੀ ਦੀ ਤਾਜ਼ਾ ਟਿੱਪਣੀ ਕਿ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਕਿਵੇਂ ਸੰਬੋਧਨ ਕੀਤਾ। ਸੋ ਮੈਂ ਉਹਦੇ ਵਿੱਚ ਨਹੀਂ ਜਾਊਂਗਾ। ਤਸਵੀਰ ਚੰਡੀਗੜ੍ਹ ਦੀ ਵਿਖਾ ਲਈਏ। ਚੰਡੀਗੜ੍ਹ ਦੇ ਵਿੱਚ ਵੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਦੇ ਖਿਲਾਫ਼ ਹੀ ਪ੍ਰੋਟੈਸਟ ਹੋਇਆ, ਔਰ ਵੱਡੀ ਗਿਣਤੀ ਦੇ ਵਿੱਚ ਯੂਥ ਕਾਂਗਰਸ ਦੇ ਵਰਕਰ ਉਹ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਘੇਰਨ ਗਏ। ਇਤਰਾਜ਼ ਇਸ ਗੱਲ ਦਾ ਹੈ ਕਿ SC ਔਰ ST ਸਟੂਡੈਂਟ ਨੇ ਜਿਹੜੇ ਉਹਨਾਂ ਦੀ ਸਕਾਲਰਸ਼ਿਪ ਦਾ ਪੈਸਾ ਲਗਭਗ 1700 ਕਰੋੜ ਰੁਪਇਆ ਦੱਸਿਆ ਜਾ ਰਿਹਾ, ਘੱਟ ਵੱਧ ਹੋ ਸਕਦਾ, ਪਰ ਇਹ ਬਹੁਤ ਵੱਡੀ ਅਮਾਊਂਟ ਹੈ ਜਿਹੜੀ ਕਿ ਇਲਜ਼ਾਮ ਲੱਗ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵਾਲੀ ਕੇਂਦਰ ਸਰਕਾਰ ਲਾਗੂ ਨਹੀਂ ਕਰ ਰਹੀ। ਅੱਜ ਹੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਬੈਠਕ ਹੋਈ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ, ਜਿਹਦੇ ਵਿੱਚ ਪੰਜਾਬ 'ਚ ਇਲਜ਼ਾਮ ਕਾਂਗਰਸ 'ਤੇ ਲੱਗੇ ਨੇ ਕਿ ਦਲਿਤ ਭਾਈਚਾਰੇ ਦੇ ਹੱਕ 'ਚ ਕਾਂਗਰਸ ਦੀ ਸਰਕਾਰ ਕੰਮ ਨਹੀਂ ਕਰ ਰਹੀ। ਪਰ ਸੁਖਬੀਰ ਬਾਦਲ ਸ਼ਾਇਦ ਇਸ ਗੱਲ ਦੇ ਉੱਪਰ ਵਿਰੋਧ ਪ੍ਰਗਟ ਕਰਨਾ ਭੁੱਲ ਗਏ ਕਿ ਸਕਾਲਰਸ਼ਿਪ ਪੰਜਾਬ ਦੇ ਵਿਦਿਆਰਥੀਆਂ ਨੂੰ ਕੇਂਦਰ ਵਾਲੀ ਨਹੀਂ ਮਿਲ ਰਹੀ। ਇਹ ਸਾਰੇ ਵੱਖ ਵੱਖ ਪੁਆਇੰਟਸ ਨੇ, ਔਰ ਚਰਚਾਵਾਂ ਚੰਨੀ ਸਾਹਿਬ ਦੀਆਂ ਵੀ ਚੱਲ ਰਹੀਆਂ ਨੇ ਔਰ ਸੁਖਪਾਲ ਸਿੰਘ ਖਹਿਰਾ ਦੀਆਂ ਵੀ ਚੱਲ ਰਹੀਆਂ ਨੇ। ਦੋਨਾਂ ਦੀ ਆਪਸੀ ਲੜਾਈ ਇਸ ਹੱਦ ਤੱਕ ਭੱਖ ਗਈ ਹੈ ਕਿ ਮੈਨੂੰ ਇਸ ਗੱਲ ਦਾ ਵੀ ਡਰ ਹੈ ਕਿ ਕਿਤੇ ਦੋਵੇਂ ਲੀਡਰ ਆਪਸ ਦੇ ਵਿੱਚ ਇੱਕ ਦੂਸਰੇ 'ਤੇ ਪਰਚਾ ਨਾ ਕਰਾ ਦੇਣ। ਸਥਿਤੀ ਇਹ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਸੱਚਾ ਅਤੇ ਇੱਕ ਝੂਠਾ ਹੈ, ਕਿਉਂਕਿ ਦੋਵੇਂ ਕਹਿ ਰਹੇ ਨੇ ਕਿ ਅਸੀਂ ਸੱਚੇ ਹਾਂ। ਮੁੱਦਾ ਇੱਕ ਹੈ, ਦੋਨਾਂ ਦੀ ਗੱਲ ਸੁਣ ਲਈਏ। ਚੰਡੀਗੜ੍ਹ ਦੀਆਂ ਤਸਵੀਰਾਂ ਵੀ ਤੁਸੀਂ ਨਾਲ ਨਾਲ ਦੇਖ ਰਹੇ ਹੋ, ATMs ਦੀਆਂ ਤਸਵੀਰਾਂ ਵੀ ਤੁਸੀਂ ਨਾਲ ਨਾਲ ਦੇਖ ਰਹੇ ਹੋ। ਛੋਟੀ ਜਿਹੀ ਗੱਲ ਚੰਨੀ ਸਾਹਿਬ ਦੀ ਸੁਣ ਲਈਏ, ਖਹਿਰਾ ਸਾਹਿਬ ਦੀ ਸੁਣ ਲਈਏ। ਸੱਚ ਝੂਠ ਦਾ ਫੈਸਲਾ ਅਸੀਂ ਇਹਨਾਂ ਦੋਹਾਂ ਲੀਡਰਾਂ 'ਤੇ ਛੱਡ ਦਿੰਦੇ ਹਾਂ, ਇਹ ਅਗਰ ਕਿਸੇ ਨਤੀਜੇ 'ਤੇ ਪਹੁੰਚੇ ਤਾਂ ਫਿਰ ਅਸੀਂ ਉਸ ਵਿਸ਼ੇ 'ਤੇ ਗੱਲ ਕਰਾਂਗੇ।
ਔਰ ਇਹਨਾਂ ਤਸਵੀਰਾਂ ਤੋਂ ਬਾਅਦ ਅਸੀਂ ਅੱਜ ਦੇ ਸਾਰੇ ਪੁਆਇੰਟਸ 'ਤੇ ਆਪਣੀ ਚਰਚਾ ਅੱਗੇ ਵਧਾਵਾਂਗੇ। ਓਪੋਜੀਸ਼ਨ ਲੀਡਰ ਕੋ ਜੋ ਹਿੰਦੁਸਤਾਨ ਕਾ ਕੰਸਟੀਟਿਊਸ਼ਨ ਹੈ, ਜੋ ਹਿੰਦੁਸਤਾਨ ਕਾ ਕਾਨੂੰਨ ਹੈ, ਜੋ ਫਲੈਗ ਕੋਡ ਆਫ ਇੰਡੀਆ ਹੈ, ਉਸਕੇ ਅਨੁਸਾਰ ਵੋ ਨੈਸ਼ਨਲ ਫਲੈਗ ਔਰ ਐਮਬਲਮ ਆਪਣੀ ਗਾੜੀ ਪੇ ਨਹੀਂ ਯੂਜ਼ ਕਰ ਸਕਤੇ। ਸੁਖਪਾਲ ਸਿੰਘ ਖਹਿਰਾ ਜੀ ਯੂਜ਼ ਕਰ ਰਹੇ ਹੈ, ਮੈਂ ਉਨਕੋ ਕਹਿ ਰਹਾ ਹੂੰ ਕਿ ਆਪ ਸੰਵਿਧਾਨ ਕੀ ਕਦਰ ਕਰੋ, ਕਾਨੂੰਨ ਦੇਸ਼ ਕੇ ਕੋ ਮਾਨੋ, ਆਪ ਇੱਕ ਓਪੋਜੀਸ਼ਨ ਲੀਡਰ ਹੋ, ਆਪਕੋ ਨਹੀਂ ਚਾਹੀਏ ਐਸਾ ਕਿ ਬੀ ਆਈ ਪੀ ਕਲਚਰ ਮੇਂ ਘੂਮਨਾ ਹੈ। ਯੇ ਅਲੱਗ ਬਾਤ ਹੈ ਕਿ ਉਹ ਬਚਪਨ ਸੇ ਬੀ ਆਈ ਪੀ ਕਲਚਰ ਮੇਂ ਰਹੇ ਹੈ, ਪਿਤਾ ਪੁਲਿਸ ਅਫਸਰ ਥੇ, ਫਿਰ ਮੰਤਰੀ ਥੇ, ਅਬ ਬੀ ਆਈ ਪੀ ਕਲਚਰ ਛੋੜਨਾ ਮੁਸ਼ਕਿਲ ਹੋ ਗਿਆ ਹੈ, ਲੇਕਿਨ ਆਮ ਆਦਮੀ ਪਾਰਟੀ ਨੇ ਨਾਰਾ ਹੀ ਬੀ ਆਈ ਪੀ ਕਲਚਰ ਖਤਮ ਕਰਨੇ ਕਾ ਦੀਆ ਥਾ, ਇਸ ਲਈ ਖਹਿਰਾ ਜੀ ਕੋ ਜੋ ਕਾਨੂੰਨ ਉਨਕੋ ਇਜਾਜ਼ਤ ਨਹੀਂ ਦੇਤਾ ਵੋ ਝੰਡਾ ਦੇਸ਼ ਕਾ ਔਰ ਐਮਲਮ ਕਾਰ ਪੇ ਨਹੀਂ ਯੂਜ਼ ਕਰਨਾ ਚਾਹੀਦਾ। ਤੋਗਲੀ ਨੀਤੀ ਕਰਨ ਵਾਲੇ ਬੰਦੇ ਨੇ ਚੰਨੀ ਜੀ ਵੀ, ਜਦੋਂ ਆਪ ਲੀਡਰ ਆਫ ਆਪੋਜੀਸ਼ਨ ਸੀਗੇ ਤੇ ਸਰਕਾਰੀ ਗੱਡੀ ਵੀ ਸੀਗੀ, ਉਹਦੇ ਤੇ ਨੈਸ਼ਨਲ ਐਮਬਲਮ ਵੀ ਲੱਗਿਆ ਸੀ, ਉਹਦੇ ਤੇ ਫਲੈਗ ਵੀ ਲੱਗਿਆ ਸੀਗਾ, ਜਦੋਂ ਕੋਈ ਅਸੀਂ ਸਾਨੂੰ ਕੋਈ ਗਵਰਨਮੈਂਟ ਸਟੇਟਸ ਪ੍ਰੋਵਾਈਡ ਕਰਦੀ ਆ ਜਾਂ ਗੱਡੀ ਦਿੰਦੀ ਆ ਤਾਂ ਸਾਨੂੰ ਸਰਕਾਰ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੇ ਗੱਡੀ ਭੇਜੀ ਹੋਈ ਆ, ਨੈਸ਼ਨਲ ਐਮਬਲਮ ਤੇ ਫਲੈਗ ਉਸ ਗੱਡੀ ਤੇ ਨਾਲ ਲੱਗ ਕੇ ਆਇਆ, ਮੈਨੂੰ ਕੋਈ ਸ਼ੌਂਕ ਨਹੀਂਗਾ। ਇਸ ਲਈ ਇਹ ਸਾਰੇ ਚੰਨੀ ਜੀ ਨੂੰ ਦੂਜਿਆਂ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਅੰਦਰ ਵੀ ਝਾਤ ਮਾਰ ਲੈਣ, ਜਦੋਂ ਤੁਸੀਂ ਲੀਡਰ ਆਫ ਆਪੋਜੀਸ਼ਨ ਸੀ ਉਦੋਂ ਕੀ ਕਰਦੇ ਸੀਗੇ? ਤੁਸੀਂ ਗੱਲ ਸਾਰਿਆਂ ਦੀ ਸੁਣ ਲਈ, ਚੰਨੀ ਸਾਹਿਬ ਦੀ ਵੀ ਸੁਣ ਲਈ, ਖਹਿਰਾ ਸਾਹਿਬ ਦੀ ਵੀ ਸੁਣ ਲਈ, ਹੁਣ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਮੇਰੇ ਨਾਲ ਮੌਜੂਦ ਨੇ ਕਾਂਗਰਸ ਦੇ ਸੀਨੀਅਰ ਆਗੂ, ਵੱਡੇ ਕਾਂਗਰਸ ਦੇ ਸਪੋਕਸ ਪਰਸਨ ਰਮਨ ਸੁਬਰਾਮਨੀਅਮ ਜੀ। ਰਮਨ ਜੀ, ਬਹੁਤ ਬਹੁਤ ਸਵਾਗਤ। ਔਰ ਨਾਲ ਹੀ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੇਸ਼ ਮਹਿਰਾ ਜੀ, ਜਿਹੜੇ ਅਕਸਰ ਸਾਡੇ ਨਾਲ ਇਸ ਪੈਨਲ ਦੇ ਵਿੱਚ ਮੌਜੂਦ ਰਹਿੰਦੇ ਨੇ। ਮਹਿਰਾ ਸਾਹਿਬ, ਬਹੁਤ ਬਹੁਤ ਸਵਾਗਤ। ਮਹਿਰਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਊਂਗਾ, ਤੁਸੀਂ ਕਿਸੇ ਏ ਟੀ ਐਮ ਦਾ ਨਜ਼ਾਰਾ ਅੱਜ ਦੇਖਿਆ ਪੰਜਾਬ 'ਚ, ਪੈਸੇ ਕਢਾਉਣ ਗਏ? ਅੱਜ ਤਾਂ ਮੈਂ ਨਹੀਂ ਗਿਆ, ਲੇਕਿਨ ਨਜ਼ਾਰਾ ਜ਼ਰੂਰ ਦੇਖਿਆ, ਕਿਉਂਕਿ ਮੀਡੀਆ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਵੀ। ਲੇਕਿਨ ਉਹ ਸਥਿਤੀ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਆ ਵੀ 8 ਨਵੰਬਰ 2016 ਦੀ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤਾ ਸੀ ਵੀ ਅੱਜ ਜਿਹੜੇ ਨੋਟ ਨੇ ਇਹ ਕੱਲ੍ਹ ਨੂੰ ਇਹ 500 ਦਾ ਨੋਟ ਜਿਹੜਾ ਇਹ ਕਾਬਿਲ ਬਣ ਜਾਊਗਾ, ਅਤੇ ਇਹ ਚੀਜ਼ਾਂ ਜਿਹੜੀਆਂ ਨਾ ਉਹ ਯਾਦ ਦਿਲਾਉਂਦੀਆਂ ਵੀ ਇਕੋਨੋਮੀ ਜਿਹੜੀ ਸਾਡੇ ਭਾਰਤ ਦੀ ਇੰਨੀ ਵਧੀਆ ਇਕੋਨੋਮੀ ਚੱਲਦੀ ਪਈ ਸੀ, ਕਿਉਂ ਕਿਸ ਨੇ ਸਲਾਹ ਦਿੱਤੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ, ਕਿਉਂ ਹੋਇਆ, ਕਿਉਂ ਉਹਨਾਂ ਨੂੰ ਇਸ ਚੀਜ਼ਾਂ ਦੀ ਜ਼ਰੂਰਤ ਪਈ ਵੀ ਨੋਟਬੰਦੀ ਕਰ ਦਈਏ, ਨੋਟ ਬੰਦ ਕਰ ਦਈਏ, ਨਵੇਂ ਨੋਟ ਚਲਾਈਏ। ਉਹਦੇ ਵਿੱਚ ਉਹਨਾਂ ਦਾ ਤਰਕ ਤਾਂ ਅਲੱਗ ਹੈ ਵੀ ਬਹੁਤ ਜਾਅਲੀ ਨੋਟ ਆ ਰਹੇ ਸੀਗੇ, ਆਤੰਕਵਾਦ ਯੂਜ਼ ਕਰ ਰਹੇ ਸੀਗੇ, ਹੋ ਸਕਦਾ ਉਹਨਾਂ ਦਾ ਤਰਕ ਸਹੀ ਵੀ ਹੋਵੇ, ਲੇਕਿਨ ਉਹਦੀ ਸਹੀ ਤਰੀਕੇ ਨਾਲ ਪਲੈਨਿੰਗ ਨਹੀਂ ਕੀਤੀ ਗਈ। ਔਰ ਸਵੇਰੇ ਏ ਟੀ ਐਮ 'ਚ ਜਿੱਦਾਂ ਲਾਈਨਾਂ ਲੱਗੀਆਂ ਹੋਈਆਂ ਉਹ ਮਹੀਨਾ ਭਰ ਲੱਗਦੀਆਂ ਰਹੀਆਂ, ਔਰ ਇਸੇ ਤਰੀਕੇ ਨਾਲ ਹੁਣ ਸਾਰੇ ਲੋਕ ਇਹੀ ਡਰ ਰਹੇ ਵੀ ਸਾਡਾ ਜਿਹੜਾ ਪੈਸਾ ਹੈ ਉਹ ਬੈਂਕ 'ਚ ਪਿਆ, ਬੈਂਕ ਤਾਂ ਬੰਦ ਹੋ ਜਾਂਦੇ ਆ ਜਾਂ ਬੈਂਕ ਦੇ ਵਿੱਚ ਸਾਨੂੰ ਕਢਾਉਣ ਨੂੰ ਟਾਈਮ ਲੱਗਦਾ, ਅਤੇ ਜੇ ਏ ਟੀ ਐਮ 'ਚ ਟਾਈਮ ਨਹੀਂ ਲੱਗਦਾ ਤਾਂ ਅਸੀਂ ਏ ਟੀ ਐਮ 'ਚ ਕਢਾ ਲਈਏ। ਲੇਕਿਨ ਏ ਟੀ ਐਮ ਦਾ ਵੀ ਉਹੀ ਹਾਲ ਹੋ ਰਿਹਾ ਜੋ ਪਹਿਲਾਂ ਦੇਖਣ ਨੂੰ ਮਿਲ ਰਿਹਾ। ਇਹ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਵੀ ਨੋਟ ਕਿਤੇ ਕੈਸ਼ ਦੀ ਸ਼ੋਰਟੇਜ ਤਾਂ ਨਹੀਂ ਆ ਗਈ ਅਤੇ ਤਾਂ ਕਰਕੇ ਏ ਟੀ ਐਮ ਨਹੀਂ ਚੱਲ ਰਹੇ, ਕਿਉਂਕਿ ਟੈਕਨੋਲੋਜੀ ਦੀ ਕੋਈ ਕਮੀ ਹੈ ਨਹੀਂ। ਬਿਲਕੁਲ, ਮੋਦੀ ਸਾਹਿਬ ਕਹਿੰਦੇ ਕੈਸ਼ਲੈਸ ਮੁਲਕ ਅਸੀਂ ਬਣਾਉਣਾ ਅਤੇ ਸੱਚਮੁੱਚ ਕੈਸ਼ਲੈਸ ਨਾ ਅਸੀਂ ਹੋ ਜਾਈਏ ਮੁਲਕ ਦੇ ਵਿੱਚ। ਰਮਨ ਜੀ, ਇਹ ਸੰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਅਜਿਹੇ ਹਾਲਾਤਾਂ 'ਚ ਉਲਝ ਗਈ ਕਿ ਅੱਛੇ ਦਿਨ ਮੈਨੂੰ ਲੱਗਦਾ ਬੀਜੇਪੀ ਦੇ ਵੀ ਖਤਮ ਹੋ ਰਹੇ ਨੇ, ਜਾਂ ਇਹ ਸੱਚਮੁੱਚ ਪਾਲਿਸੀ ਕ੍ਰਾਈਸਿਸ ਹੈ ਬੀਜੇਪੀ ਦੇ ਵਿੱਚ ਕਿ ਉਹਨਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਬੇਢੰਗੀਆਂ ਰਹੀਆਂ ਨੇ ਅਤੇ ਨਤੀਜੇ ਇਸ ਤਰ੍ਹਾਂ ਦੇ ਆ ਗਏ? ਅੱਜ ਮੈਂ ਬਹੁਤ ਸਾਰੇ ਮੇਰੇ ਦੋਸਤ, ਉਹਨਾਂ ਨੇ ਮੈਨੂੰ ਵੀ ਟੈਲੀਫੋਨ ਕਰਕੇ ਪੁੱਛਿਆ ਕਿ ਸਾਡੇ ਪੈਸੇ ਮਿਲਣਗੇ ਜੀ, ਔਰ ਲੋਕ ਜਿਨ੍ਹਾਂ ਦੇ ਏ ਟੀ ਐਮ 'ਚੋਂ ਪੈਸੇ ਨਿਕਲ ਰਹੇ ਨੇ ਉਹ ਕਢਾ ਕਢਾ ਕੇ ਘਰ ਪੈਸੇ ਰੱਖ ਰਹੇ ਨੇ, ਇਹ ਸਥਿਤੀ ਕੀ ਬਣ ਰਹੀ ਹੈ ਚੋਣਾਂ ਤੋਂ ਪਹਿਲਾਂ ਜਦੋਂ ਗੱਲ ਨੀਤੀਆਂ ਦੀ ਸਮੀਖਿਆ ਦੀ ਹੋਣੀ ਹੈ? ਡੱਲਾ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਜੀ ਤੋਂ ਬਾਅਦ ਇੰਨੀ ਵੱਡੀ ਜਿਹੜੀ ਬਰੂਟ ਮੈਜੋਰਿਟੀ ਦੇ ਨਾਲ ਲੋਕਾਂ ਨੇ ਮੋਦੀ ਸਾਹਿਬ ਨੂੰ ਵੋਟਾਂ ਪਾਈਆਂ ਸੀ,
ਔਰ ਮੋਦੀ ਸਾਹਿਬ ਨੂੰ ਉਹਨਾਂ ਦੀਆਂ ਜਿਹੜੀਆਂ ਉਸ ਟਾਈਮ ਦੀਆਂ ਜੇ ਤੁਸੀਂ ਤਕਰੀਰਾਂ ਸਮਝ ਲਓ, ਉਸ ਤਕਰੀਰਾਂ ਦੇ ਵਿੱਚ ਬੇਸਿਕਲੀ ਮੁੱਦਾ ਸੀਗਾ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਵੈ ਮੁਲਕ ਨੂੰ ਦੁਬਾਰਾ ਜਿਹੜਾ ਵੈ ਇਕਨੋਮਿਕ ਡਿਵੈਲਪਮੈਂਟ ਦਾ ਅਸੀਂ ਮਾਡਲ ਜਿਹੜਾ ਵੈ ਉਹ ਕਿਵੇਂ ਅਸੀਂ ਦੁਬਾਰਾ ਪੇਸ਼ ਕਰਾਂਗੇ। ਇੱਕ ਗੱਲ ਜਿਹੜੀ 4 ਸਾਲਾਂ ਦੇ ਵਿੱਚ ਲੋਕਾਂ ਨੂੰ ਸਮਝ ਆਈ ਹੈ ਉਹ ਇਹ ਸਮਝ ਆਈ ਹੈ ਕਿ ਇਹ ਇੱਕ ਵਨ ਮੈਨ ਸ਼ੋਅ ਬਣਨਾ ਚਾਹੁੰਦੇ ਆ, ਵਨ ਮੈਨ ਆਰਮੀ ਆ, ਔਰ ਇਹਨਾਂ ਦੇ ਆਸੇ ਪਾਸੇ ਜਿਹੜਾ ਵੈ ਇੰਟਲੈਕਚੁਅਲ ਡੈਫੀਸਿਟ ਬੜਾ ਜ਼ਬਰਦਸਤ ਹੈ। ਇਹਨਾਂ ਨੂੰ ਕੋਈ ਆਈਡੀਆ ਕੋਈ ਸਮਝ ਆ ਜਾਵੇ ਅਤੇ ਇਹਨਾਂ ਨੇ ਉਸ 'ਤੇ ਕੰਸੈਂਸਸ ਨਹੀਂ ਡਿਵੈਲਪ ਕਰਨਾ ਪਰ ਕਿ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਜਿਵੇਂ ਕਿ ਮਹਿਰਾ ਸਾਹਿਬ ਨੇ ਦੱਸਿਆ ਵੈ ਕਿ ਇਹਨਾਂ ਦੀ ਜਿਹੜੀ ਮਿਸਮੈਨੇਜਮੈਂਟ ਹੋਈ ਹੈ ਇਸ ਦੌਰਾਨ ਦੇ ਵਿੱਚ ਜੀ ਉਹ ਜਗ ਜਾਹਰ ਹੈ। ਅੱਜ ਜਿਹੜਾ 2000 ਰੁਪਏ ਦਾ ਨੋਟ ਜਿਹੜਾ ਵੈ ਇੱਕੋਦਮ ਡੈਫੀਸ਼ੈਂਸੀ ਆ ਗਈ ਔਰ ਜਿਹਦੇ 'ਚ ਕਿਹਾ ਵੈ ਵੀ ਇਮੀਡੀਏਟਲੀ ਵੱਡੇ ਵਿਡਰੋਲਸ ਹੋ ਗਏ ਆ ਔਰ ਲੋਕਾਂ ਨੇ ਆਪਣੇ ਘਰਾਂ 'ਚ ਪੈਸੇ ਰੱਖ ਲਏ ਹੈ। ਕੋਈ ਵੀ ਇਕਨੋਮਿਕ ਸਿਸਟਮ ਜਿਹਦੇ ਵਿੱਚ ਇੱਕੋਦਮ ਜਿਹਨੂੰ ਕਹੀਏ ਕਿ ਰਸ਼ ਪੈ ਜੇ ਉਹ ਹਮੇਸ਼ਾ ਉਹ ਕ੍ਰਾਈਸਿਸ 'ਚ ਆ ਜਾਂਦਾ ਵੈ ਔਰ ਉਹਦੀ ਕ੍ਰਾਈਸਿਸ ਸਾਰਿਆਂ ਨਾਲੋਂ ਵੱਡੀ ਜਿਹੜੀ ਫਾਈਨੈਂਸ਼ੀਅਲ ਸਿਸਟਮ ਦੀ ਜਿਹੜੀ ਮਜ਼ਬੂਤੀ ਹੁੰਦੀ ਹੈ ਜਾਂ ਜਿਹੜੀ ਤਾਕਤ ਹੁੰਦੀ ਹੈ ਉਹਦੇ 'ਚ ਇਹ ਵੀ ਜਿਹੜੇ ਆਮ ਆਦਮੀ ਦਾ ਉਸ ਅਰਥਚਾਰੇ ਦੇ ਵਿੱਚ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਜੀ। ਕਿ ਮੈਂ ਕੱਲ੍ਹ ਨੂੰ ਉਸ ਤੁਸੀਂ ਕਿਸੇ ਵੀ ਨੋਟ 'ਤੇ ਦੇਖੋ 2000 ਰੁਪਏ ਦਾ ਨੋਟ ਹੈ ਉਹ 2000 ਰੁਪਏ ਦੇ ਨੋਟ ਨੂੰ ਮੈਕਸੀਮਮ ਬਣਾਉਣ ਲਈ 8-9 ਰੁਪਏ ਲੱਗਦੇ ਹੈਗੇ ਆ ਜੀ ਔਰ ਉਹਦੀ ਜਿਹੜੀ 1998 ਰੁਪਏ ਜਾਂ 1990 ਰੁਪਏ ਜਿਹੜੇ ਹੈਗੇ ਆ ਉਹ ਗਵਰਨਮੈਂਟ ਨੂੰ ਇੱਕ ਜਿਹਨੂੰ ਵਰਡ ਟੈਕਨੀਕਲ ਟਰਮ ਕਹਿੰਦੇ ਆ ਸਾਈਨਰੇਜ ਉਹ ਸਾਈਨਰੇਜ ਮਿਲਦੀ ਹੈ ਉਹ ਇੱਕ ਤਰ੍ਹਾਂ ਦਾ ਪ੍ਰੋਫਿਟ ਹੁੰਦਾ ਵੈ ਗਵਰਨਮੈਂਟ ਕਮਾਉਂਦੀ ਹੈ ਉਸ ਨੋਟ ਛਾਪ ਕੇ ਕਿਉਂਕਿ ਉਹਦੀ ਬੇਸਿਕਲੀ ਸਿਰਫ ਉਹਦੀ ਐਕਚੁਅਲ ਵੈਲਿਊ ਇੰਨੀ ਨਹੀਂ ਉਹਦੀ ਸਿਰਫ ਫੇਸ ਵੈਲਿਊ ਇੱਕ ਨੋਮੀਨਲ ਵੈਲਿਊ ਹੈਗੀ ਹੈ ਜੀ। ਹੁਣ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਇਹ ਐਕਸਪੈਰੀਮੈਂਟ ਹੋ ਰਿਹਾ ਵੀ ਕਦੀ ਮੈਂ ਕੈਸ਼ਲੈਸ ਇਕੋਨਮੀ ਬਣਾਉਣ ਦੇ ਨਾਲ ਵੀ ਮੈਂ ਇਹ ਕਰ ਦੇਵਾਂ ਹੋਰ ਪਿੱਛੇ ਜੇ ਤੁਹਾਨੂੰ ਲੁਧਿਆਣੇ ਦੇ ਵਿੱਚ ਤੁਸੀਂ ਦੇਖ ਲਿਆ ਵੈ ਲੋਕਾਂ ਨੂੰ ਇਨਕਮ ਟੈਕਸ ਦੇ ਨੋਟਿਸਿਜ਼ ਆ ਰਹੇ ਹੈਗੇ ਆ ਉਸ ਨੋਟਿਸਿਜ਼ ਆ ਰਹੇ ਆ ਕਿ ਵੀ ਤੁਸੀਂ ਉਸ ਦੌਰਾਨ ਤੁਹਾਡੇ ਕੋਲ ਪੈਸੇ ਜਿਹੜੇ ਸੀਗੇ ਤੁਸੀਂ ਕਿੱਥੋਂ ਜਮ੍ਹਾਂ ਕਰਾਏ ਕਿੱਦਾਂ ਜਮ੍ਹਾਂ ਕਰਾਏ ਕਿਸ ਤਰ੍ਹਾਂ ਮੈਂ ਡਿਟੇਲ ਮਤਲਬ ਉਹ ਜਿਹਨੂੰ ਕਹੀਏ ਨਾ ਲੋਕਾਂ ਦੀ ਇੱਕ ਟੈਕਸ ਟੈਰਰਿਜ਼ਮ ਦਾ ਅਸੀਂ ਇਲਜ਼ਾਮ ਇਹਨਾਂ 'ਤੇ ਲਾਇਆ ਹੈਗਾ ਵੈ। ਹੁਣ ਗੱਲ ਇਹ ਦੇਖਣ ਵਾਲੀ ਹੈ ਕਿ ਵੀ ਇਹ ਜਿਹੜੀ ਚੀਜ਼ ਹੈ ਲੋਜਿਸਟਿਕ ਦਾ ਪਾਰਟ ਹੈ ਕਿ ਇਹਨਾਂ ਦੀ ਕੋਈ ਇਹ ਪਾਲਿਸੀ ਹੈ ਜੇ ਪੈਨਿਕ ਜੇ ਇਸ ਤਰ੍ਹਾਂ ਦਾ ਪੈਨਿਕ ਸਾਹਿਬ ਇਸ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚ ਹੋ ਗਿਆ ਅਤੇ ਕੱਲ੍ਹ ਨੂੰ ਵਿੱਤ ਮੰਤਰੀ ਸਾਹਿਬ ਨਹੀਂ ਮੰਨਦੇ ਉਹ ਕਹਿੰਦੇ ਕਿ ਕੁਝ ਖੇਤਰਾਂ 'ਚ ਡਿਮਾਂਡ ਵੱਧ ਗਈ ਕੀ ਤੁਹਾਨੂੰ ਲੱਗਦਾ ਕਿ ਕੁਝ ਖੇਤਰਾਂ 'ਚ ਅਚਾਨਕ ਡਿਮਾਂਡ ਵੱਧ ਗਈ ਅਤੇ ਕੋਈ ਕ੍ਰਾਈਸਿਸ ਨਹੀਂ ਕਿਉਂਕਿ ਮੈਂ ਵੀ 10,000 ਰੁਪਏ ਕਢਵਾਏ ਆ ਅੱਜ 10,000 ਰੁਪਏ ਮੈਂ ਵੀ ਕਢਵਾਏ ਆ ਇਸ ਲਈ ਕਢਵਾਏ ਆ ਕਿ ਮੈਂ 2016 ਨਵੰਬਰ ਦਸੰਬਰ 'ਚ ਬਹੁਤ ਰੋਲਿਆਂ ਚੰਡੀਗੜ੍ਹ ਦੇ ਸੈਕਟਰਾਂ ਦੇ ਵਿੱਚ ਠੀਕ ਹੁਣ ਸਥਿਤੀ ਜਿਹੜੀ ਬਣ ਰਹੀ ਹੈ ਪੂਰੇ ਮੁਲਕ 'ਚ ਲੋਕ ਪੈਸੇ ਕਢਾਉਣ ਨੂੰ ਮੇਰਾ ਮੈਂ ਉਹੀ ਗੱਲ ਕਹਿ ਰਿਹਾ ਮੈਂ ਕਿ ਇਹਦਾ ਮਤਲਬ ਕਿ ਲੈਕ ਆਫ ਕੌਨਫੀਡੈਂਸ ਲੋਕਾਂ ਦਾ ਸਿਸਟਮ 'ਚ ਜਦੋਂ ਆ ਜਾਏਗਾ ਅਤੇ ਉਹਨਾਂ ਨੇ ਪਹਿਲਾਂ ਆਪਣੀ ਜਿਹੜੀ ਆ ਰੋਜ਼ਮਰਾ ਦੀ ਜ਼ਰੂਰਤਾਂ ਲਈ ਜੇ ਸਭ ਨੂੰ ਪਤਾ ਲੱਗ ਜਾਏ ਕਿ ਵੀ ਮੈਨੂੰ ਮਿਲਣਾ ਹੀ ਨਹੀਂ ਉਹ ਫਿਰ ਆਪਣੀ ਮਿਨੀਮਮ ਲੋੜ ਦੇ ਹਿਸਾਬ ਨਾਲ ਨਹੀਂ ਉਹ ਫਿਰ ਆਪਣੀ ਮੈਕਸੀਮਮ ਲੋੜ ਦੇ ਹਿਸਾਬ ਨਾਲ ਪੈਸੇ ਕਢਾਵੇਗਾ। ਕੱਲ੍ਹ ਨੂੰ ਬੈਂਕਾਂ ਦੇ ਕੋਲ ਜਿੰਨੀਆਂ ਸਾਡੇ ਫਿਕਸ ਡਿਪੋਜ਼ਿਟਸ ਹੈਗੇ ਆ ਜੇ ਅਸੀਂ ਫਿਕਸ ਡਿਪੋਜ਼ਿਟ ਸਾਰੇ ਲੋਕ ਵਾਪਸ ਮੰਗਣ ਚਲੇ ਜਾਣ ਅਤੇ ਬੈਂਕਸ ਤਾਂ ਫਿਰ ਬੈਂਕਰਪਟ ਹੋ ਜਾਣਗੇ। ਮੈਂ ਜਿਹੜਾ ਮੇਰੀ ਤੁਹਾਨੂੰ ਸਮਝਾਉਣ ਦੀ ਗੱਲ ਇਹ ਕਿ ਇਹ ਸਰਕਾਰ ਦੇ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਔਰ ਖਾਸ ਕਰਕੇ ਜਿਹੜਾ RBI ਹੈ ਕਿਉਂਕਿ ਇਸ ਜਿਹੜਾ ਜਿੰਨਾ ਵੀ ਇਹ ਜਿਹਨੂੰ ਕਹਿੰਦੇ ਇਹਨਾਂ ਨੂੰ ਜਿਹਨਾਂ ਨੂੰ ਇਹਨਾਂ ਨੂੰ ਇਹਨਾਂ ਦੀ ਡਿਫਰੈਂਟ ਮਨੀ ਕਹਿੰਦੇ ਆ M0 M1 M2 M3 ਮਨੀ ਇਹਨਾਂ ਨੂੰ ਕਹਿੰਦੇ ਆ ਜਿਹਨੂੰ ਮਨੀ ਇਨ ਸਰਕੂਲੇਸ਼ਨ ਟੋਟਲ ਕੁਆਂਟਿਟੀ ਇਨ ਸਰਕੂਲੇਸ਼ਨ ਕਿੰਨੀ ਹੈ ਉਹ ਗਵਰਨਮੈਂਟ ਨੂੰ ਪਤਾ ਹੁੰਦਾ ਵੈ ਔਰ ਗਵਰਨਮੈਂਟ ਦੇ ਵਾਲਟਸ ਹੁੰਦੇ ਆ
ਉਹ ਵਾਲਟਸ ਤੋਂ ਵਿੱਚੋਂ ਦੀ ਜਿੰਨਾ ਮਰਜ਼ੀ ਪੈਸਾ ਜਿਹੜਾ ਹੈਗਾ ਵੈ ਉਹ ਉਹਨਾਂ ਨੂੰ ਅਰੇਂਜ ਕਰਨਾ ਪੈਂਦਾ ਵੈ। ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੈਂ ਕਿ ਵੀ ਅਸੀਂ ਪ੍ਰੀ ਡੀਮੋਨੇਟਾਈਜੇਸ਼ਨ ਦੇ ਲੈਵਲ 'ਤੇ ਦੁਬਾਰਾ ਆ ਚੁੱਕੇ ਹੋਏ ਹਾਂ, ਦੁਬਾਰਾ ਆ ਚੁੱਕੇ ਹੋਏ ਹਾਂ। ਸਾਡਾ ਹੁਣ ਅੱਜ ਦੀ ਡੇਟ ਦੇ ਵਿੱਚ ਓਨਾ ਹੀ ਕੈਸ਼ ਇਨ ਦਾ ਇਕੋਨਮੀ ਹੈਗਾ ਵੈ ਜਿੰਨਾ ਉਸ ਟਾਈਮ ਸੀਗਾ। ਐਫਰਟਸ ਟੂ ਮੇਕ ਇਕੋਨਮੀ ਕੈਸ਼ਲੈਸ ਹੈਜ਼ ਆਲਮੋਸਟ ਨੋ, ਉਹਦਾ ਕੋਈ ਇੰਪੈਕਟ ਨਹੀਂ ਹੋਇਆ ਲੋਕਾਂ ਪਰ। ਹਾਂ, ਇਹਨਾਂ ਨੇ ਕਈ ਜਗ੍ਹਾ ਜਿਵੇਂ ਬੈਂਕਾਂ ਨੂੰ ਕਿਹਾ ਵਾ ਵੀ ਤੁਸੀਂ ਇੰਸੈਂਟੀਵਾਈਜ਼ ਕਰੋ, ਕਈਆਂ ਦੀ ਜਗ੍ਹਾ 'ਤੇ ਜਿਵੇਂ ਪੈਟਰੋਲ ਪੰਪ 'ਤੇ ਜਾਂਦੇ ਆ ਬੰਦਾ ਤੇਲ ਪਵਾਉਂਦਾ ਹੈਗਾ ਵਾ ਉਹਨੂੰ ਕੁਛ ਪੈਸੇ ਵਾਪਸ ਵੀ ਆਉਂਦੇ ਹੈਗੇ ਆ, ਕਿਸੇ ਨੂੰ ਕ੍ਰੈਡਿਟ ਕਾਰਡਸ 'ਤੇ ਉਹਨਾਂ ਨੇ ਸਕੀਮਸ ਦਿੱਤੀਆਂ, ਉਹ ਪਹਿਲਾਂ ਬਹੁਤ ਜ਼ਿਆਦਾ ਸੀ ਪਰ ਹੁਣ ਨੋਮੀਨਲ ਹੋ ਗਈਆਂ। ਪਰ ਮੇਰਾ ਆਪਣਾ ਇਹ ਮੰਨਣਾ ਵੈ ਕਿ ਜਿਹੜਾ ਰੂਰਲ ਸਾਡਾ ਜਿਹੜਾ ਵਾ ਇੱਕ ਰੂਰਲ ਇਕੋਨਮੀ ਹੈਗੀ ਆ, ਰੂਰਲ ਇਕੋਨਮੀ ਜਿਹੜੀ ਪੇਂਡੂ ਇਕੋਨਮੀ ਹੈਗੀ ਹੈ, ਪੇਂਡੂ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਵਾ ਸਾਡਾ ਕੈਸ਼ ਟ੍ਰਾਂਜੈਕਸ਼ਨ ਹੁੰਦਾ ਵਾ। ਤੁਸੀਂ ਕਿਉਂਕਿ ਇਕਨੋਮਿਕਸ ਦੇ ਸਬਜੈਕਟ 'ਤੇ ਥੋੜ੍ਹੀ ਬਹੁਤ ਵੱਡੀ ਕਮਾਂਡ ਹੈ, ਤੁਸੀਂ ਇਸ ਵਕਤ ਡਾਕਟਰ ਮਨਮੋਹਨ ਸਿੰਘ ਦੀਆਂ ਪਾਲਿਸੀਜ਼ ਔਰ ਅਰੁਣ ਜੇਤਲੀ ਜਾਂ ਮੋਦੀ ਸਾਹਿਬ ਦੀਆਂ ਪਾਲਿਸੀਜ਼ ਦੇ ਵਿੱਚ ਬੇਸਿਕ ਫਰਕ ਜਿਹੜਾ ਆਮ ਲੋਕਾਂ ਨੂੰ ਸਮਝ ਆ ਰਿਹਾ, ਸਧਾਰਨ ਫਰਕ ਕੀ ਸਮਝਦੇ? ਬੇਸਿਕ ਤਾਂ ਫਰਕ ਇਹ ਵੈ ਕਿ ਵੀ ਇਸ ਸਰਕਾਰ ਨੂੰ ਇਕਨੋਮਿਕਸ ਦੀ ਸਮਝ ਨਹੀਂ ਹੈ। ਉਹ ਇੱਕ ਇਹ ਤਾਂ ਇਹ ਵੈ ਕਿ ਵੀ ਇੱਕ ਇਹ ਨੌ ਸਿੱਖਿਆ ਅਤੇ ਉਹ ਮਾਹਰ ਸੀਗੇ, ਬਸ ਇੰਨਾ ਕੁ ਤਾਂ ਫਰਕ ਜ਼ਰੂਰ ਦਿਖਦਾ ਪਿਆ ਵੈ। ਪਰ ਮੈਂ ਇਹ ਗੱਲ ਕਰਦਾ ਮੈਂ ਵੀ ਉਸ ਤੋਂ ਬਿਓਂਡ ਵੀ ਪੋਲੀਟੀਕਲ ਬੰਦਿਆਂ ਤੋਂ ਬਿਓਂਡ ਵੀ ਇੱਕ ਸਿਸਟਮ ਚੱਲਦਾ ਹੁੰਦਾ ਵੈ ਜਿਹੜਾ ਕਿ ਬਿਊਰੋਕਰੈਟਸ ਦਾ ਹੁੰਦਾ ਵੀ ਜਿਹੜਾ ਪਰਮਾਨੈਂਟ ਰਹਿੰਦਾ ਵੈ। ਪਰ ਤੁਸੀਂ ਉਹਨਾਂ ਬੰਦਿਆਂ ਦੀ ਜਿਹੜੀ ਅਕਲਮੰਦੀ ਨੂੰ ਸਮਝਣ ਲਈ ਵੀ ਤੁਹਾਨੂੰ ਉਹਨਾਂ ਅਕਲਮੰਦ ਹੋਣਾ ਪੈਂਦਾ ਵੈ ਕਿ ਤੁਸੀਂ ਇਸ ਚੀਜ਼ ਨੂੰ ਉਹ ਜੋ ਦੱਸਦੇ ਪਏ ਤੁਸੀਂ ਕੀ ਉਹਨਾਂ ਨੂੰ ਸਮਝ ਰਹੇ ਹੋ ਕਿ ਤੁਸੀਂ ਇਕੱਲਾ ਔਰ ਇਕੱਲਾ ਪੋਲੀਟੀਕਲ ਡਰਾਮੇ ਦੇ ਵਿੱਚ ਇੰਟਰਸਟਿਡ ਹੈਗੇ ਹੋ ਤੁਸੀਂ। ਜਦੋਂ ਤੁਸੀਂ ਸਭ ਜਹਾਜ਼ ਫੜ ਹੀ ਲਿਆ ਸਟੀਅਰਿੰਗ ਦੇ ਨਾਲ ਤਾਂ ਫਿਰ ਜਹਾਜ਼ ਉਡਾਉਣਾ ਤੁਹਾਨੂੰ ਆਉਣਾ ਚਾਹੀਦਾ ਵੈ। ਤੁਸੀਂ ਉਹ ਕੋਈ ਟੋਏ ਟ੍ਰੇਨ ਨਹੀਂ, ਇਹ ਕੋਈ ਟੋਏ ਵਾਲਾ ਜਹਾਜ਼ ਨਹੀਂ ਕਿ ਵੀ ਜਦੋਂ ਮਰਜ਼ੀ ਇਹਨੂੰ ਜਿੰਨਾ ਮਰਜ਼ੀ ਉੱਤੇ ਚੱਕ ਲਓ ਅਤੇ ਉਸ ਤੋਂ ਬਾਅਦ ਇਹਨੂੰ ਥੱਲੇ ਮਾਰ ਦਿਓ, ਉਹਦੇ 'ਚ ਬੰਦੇ ਬੈਠੇ ਜੀ। ਤੁਸੀਂ ਇਕੋਨਮੀ ਸਾਡੀ ਦੋ ਬੜੇ ਵੱਡੇ ਮੇਜਰ ਸ਼ੌਕਸ ਦੇ ਵਿੱਚੋਂ ਨਿਕਲ ਰਹੀ ਹੈ, ਡੀਮੋਨਟਾਈਜੇਸ਼ਨ ਦਾ ਟੋਕ ਔਰ ਜੀ ਐਸ ਟੀ ਦਾ, ਤਾਂ ਹਾਲੇ ਤੱਕ ਅਸੀਂ ਰੋਲ ਆਊਟ ਪ੍ਰੋਪਰ ਨਹੀਂ ਕੀਤਾ। ਤੁਸੀਂ ਇੱਕ ਸਵਾਲ ਮਹਿਰਾ ਸਾਹਿਬ ਕੋ ਜਾਣ ਤੋਂ ਪਹਿਲਾਂ, ਜਦੋਂ ਡੀਮੋਨਟਾਈਜੇਸ਼ਨ ਹੋਈ, ਹਾਲਾਂਕਿ ਬੀਜੇਪੀ ਵਾਲੇ ਕਹਿੰਦੇ ਡੀਮੋਨਟਾਈਜੇਸ਼ਨ ਨਹੀਂ ਸੀ, ਜਦੋਂ ਨੋਟਬੰਦੀ ਹੋਈ ਲਗਭਗ ਅਸੀਂ ਸਵਾ ਸਾਲ ਦਾ ਅਰਸਾ ਪਾਰ ਕਰ ਆਏ ਹਾਂ, 2016 ਤੋਂ 2018 'ਚ ਆ ਗਈਆਂ। ਇਸ ਡੇਢ ਸਾਲ ਦੇ ਵਿੱਚ ਕੀ ਕਰੈਕਸ਼ਨ ਹੋ ਗਈ ਇਕਾਨਮੀ 'ਚ, ਜਿਵੇਂ ਕਹਿ ਰਹੇ ਸੀ ਜੇਟਲੀ ਸਾਹਿਬ, ਸੁਧਾਰ ਆ ਗਏ ਸਾਡੀ ਅਰਥ ਵਿਵਸਥਾ ਦੇ ਵਿੱਚ ਤੁਹਾਡੀ ਨਜ਼ਰ 'ਚ? ਸਾਹਿਬ ਮੇਰੀ ਇੱਕ ਗੱਲ ਹੈ ਵੀ ਫੈਕਟਸ ਵਿਲ ਸਪੀਕ ਫੋਰ ਦੈਮਸੈਲਸ, ਠੀਕ ਹੈ ਨਾ। ਦੋ ਚੀਜ਼ਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈਗੀਆਂ ਵੈ, ਉਹ ਇੱਕ ਇਹ ਵੈ ਕਿ ਵੀ ਅਸੀਂ ਔਨ ਦ ਲੋਅਰ ਸਾਈਡ ਆਫ ਦਾ ਪ੍ਰੋਜੈਕਟਡ ਗਰੋਥ ਰੇਟ ਆਫ 6.75 ਜੀ, ਅਸੀਂ ਉਹ ਅਚੀਵ ਕਰ ਪਾਏ ਹਾਂ ਵਿਚ ਇਜ਼ ਲੋ। ਜੇ ਅਸੀਂ ਉਨੀ ਜੀ ਡੀ ਪੀ ਜਿੰਨੀ ਕਿ 10 ਸਾਲਾਂ ਦੇ ਵਿੱਚ ਯੂ ਪੀ ਏ ਦੀ ਗੌਰਮੈਂਟ ਦੇ ਵਿੱਚ ਕਰਨੀ ਹੈ, ਤਾਂ ਅਗਲੇ 2 ਸਾਲ ਲਈ ਸਾਡੀ ਜੀ ਡੀ ਪੀ ਦੀ ਗਰੋਥ ਜਿਹੜੀ ਹੈ ਉਹ 11-12% ਹੋਣੀ ਚਾਹੀਦੀ ਹੈ, ਤਾਂ ਉਸ ਐਵਰੇਜ 'ਤੇ 7.8 ਦੀ ਐਵਰੇਜ 'ਤੇ ਵਾਪਸ ਆਉਣਗੇ ਨੰਬਰ 1, ਵਿਚ ਇਜ਼ ਅੱਜ ਦੀ ਡੇਟ 'ਚ ਇਹ ਫਾਰ ਫੈਚਡ ਅਤੇ ਮਤਲਬ ਇੱਕ ਨਾ ਮਤਲਬ ਕਿ ਕਹੀਏ ਕਿ ਇੱਕ ਜੁਮਲਾ ਲੱਗਦਾ ਵੈ ਕਿ ਵੀ ਅਸੀਂ ਕਰ ਲਵਾਂਗੇ ਜੀ। ਪਹਿਲੀ ਗੱਲ ਤਾਂ ਮੈਂ ਜਿਹੜੀ ਸਭ ਗੰਭੀਰਤਾ ਨਾਲ ਦੱਸਣਾ ਚਾਹੁੰਦਾ ਵਾਂ। ਫਿਰ ਜਦੋਂ ਤੁਸੀਂ ਇਕੋਨਮੀ ਗਰੋ ਕਰਨੀ ਹੈ, ਇਕੋਨਮੀ ਗਰੋ ਕਰਨ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਇਕਨੋਮੀ ਦੀ ਜਦੋਂ ਗਰੋਥ ਹੋਵੇ ਉਹਦੇ 'ਚ ਇਕੁਇਟੇਬਲ ਡਿਸਟ੍ਰੀਬਿਊਸ਼ਨ ਔਫ ਵੈਲਥ ਹੋਣੀ ਬੜੀ ਜ਼ਰੂਰੀ ਹੈ ਜੀ। ਹਰ ਬੰਦਾ ਉਸ 'ਚ ਕੀ ਪਾਰਟੀਸਪੇਟ ਕਰ ਰਿਹਾ ਕਿ ਨਹੀਂ ਕਰ ਰਿਹਾ, ਅਤੇ ਕੀ ਹਰ ਘਰ ਦੇ ਵਿੱਚ ਰੋਟੀ ਜਾ ਰਹੀ ਹੈ ਕਿ ਨਹੀਂ ਜਾ ਰਹੀ। ਇਹ ਸਰਕਾਰ ਦਾ ਬੜਾ ਵੱਡਾ ਜਿਹੜਾ ਹੈਗਾ ਵੈ, ਇਹ ਸਰਕਾਰ ਦਾ ਬੜਾ ਵੱਡਾ ਇੱਕ ਤੰਤਰ ਹੁੰਦਾ ਵੈ ਜਿਹੜਾ ਇਸ ਕੰਮ ਦੇ ਵਿੱਚ ਕੰਮ ਕਰਦਾ, ਚਾਹੇ ਉਹ ਪਾਵਰਟੀ ਐਲੀਵੇਸ਼ਨ ਦੇ ਵਿੱਚ ਹੈ, ਚਾਹੇ ਉਹ ਪਾਵਰਟੀ ਤੁਹਾਨੂੰ ਤੁਹਾਡੀ ਇੰਡਸਟਰੀਅਲ ਗਰੋਥ ਹੈ ਜਾਂ ਉਹਦੇ ਚੀਜ਼ਾਂ 'ਚ, ਇੱਕ ਤਾਂ ਉਹ ਹਾਲੇ ਬੜਾ ਵੱਡਾ ਕੁਐਸਚਨ ਹੈ। ਦੂਸਰਾ ਜਿਹੜਾ ਬੜਾ ਵੱਡਾ ਜਿਹੜਾ ਅੱਜ ਦੀ ਡੇਟ 'ਚ ਡੱਲਾ ਸਾਹਿਬ ਜਿਹੜੀ ਕਿ ਮੈਨੂੰ ਲੱਗਦਾ ਵੈ ਕਿ ਤੁਸੀਂ ਤੁਹਾਨੂੰ ਜਿਹੜਾ ਬੜਾ ਮੀਡੀਆ ਨੂੰ ਵੀ ਫੋਕਸ ਕਰਨਾ ਚਾਹੀਦਾ ਉਹ ਹੈਗਾ ਵੈ ਇਸ਼ੂ ਆਫ ਅਨਇੰਪਲੋਇਮੈਂਟ ਅੰਡਰ
ਵਿਦ ਇਨ ਦਾ ਯੂਥ। ਮੈਂ ਤੁਹਾਨੂੰ ਇੱਕ ਬਿਲਕੁਲ ਅੱਜ ਕੱਲ੍ਹ ਪਰਸੋਂ ਦੀ ਇੱਕ ਬੜੀ ਇੰਪੋਰਟੈਂਟ ਖਬਰ ਹੈ ਜਿਸ 'ਤੇ ਤੁਹਾਨੂੰ ਨਜ਼ਰਸਾਨੀ ਜ਼ਰੂਰ ਕਰਨੀ ਚਾਹੀਦੀ ਹੈ। ਰੇਲਵੇ ਨੇ 90,000 ਪੋਸਟਾਂ ਆਪਣੀਆਂ ਐਡਵਰਟਾਈਜ਼ ਕੀਤੀਆਂ। ਬਿਲਕੁਲ, ਉਸ 90,000 ਪੋਸਟਾਂ ਲਈ 2,80,00,000 ਬੰਦਿਆਂ ਨੇ ਅਪਲਾਈ ਕੀਤਾ ਹੈ। ਜੀ ਜੀ, 2,80,00,000 80,00,000 ਬੰਦਿਆਂ ਨੇ ਅਪਲਾਈ ਕੀਤਾ ਹੈ। ਇੱਕ ਪੋਸਟ ਦੇ ਪਿੱਛੇ 311 ਬੰਦੇ ਹੈਗੇ ਨੇ ਔਰ ਇਹ ਜਿਹੜੀ ਵਰਕ ਇਹ ਜਿੰਨਾ ਹੈਗਾ ਵਾ ਇੱਕ ਜਨਰਲ ਵਰਕਫੋਰਸ ਦੇ ਆ, 19% ਆਫ ਦਾ ਜਨਰਲ ਵਰਕਫੋਰਸ ਅੱਜ ਦੀ ਡੇਟ 'ਚ ਉਹ 2 ਕਰੋੜ ਬੰਦੇ ਹੈਗੇ ਆ। ਔਰ ਇਹ ਹਲੇ ਆਪਾਂ ਉਹਨਾਂ ਦੀ ਗੱਲ ਇਹ ਨਹੀਂ ਕਰਦੇ ਪਏ ਕਿ ਵੀ ਉਹਨਾਂ ਨੂੰ ਤਨਖਾਹ ਕਿੰਨੀ ਦੇਣੀ ਹੈ। ਹਲੇ ਬੜੀਆਂ ਲੋਅ ਸਕਿੱਲਡ ਜੋਬਸ ਹੈ, ਕੋਈ 10,000 ਦਾ ਹੋਏਗਾ, ਕੋਈ 8,000 ਦਾ, ਕੋਈ 9,000 ਦਾ, ਔਰ ਬਾਅਦ ਚੋਂ ਵੀ ਕਹੇਗਾ ਵੀ ਮੈਂ ਅੰਡਰ ਇੰਪਲੋਇਡ ਹੈ, ਮੈਨੂੰ ਮੇਰੀ ਕਾਬਲੀਅਤ ਦੇ ਹਿਸਾਬ ਨਾਲ। ਬਟ ਤੁਸੀਂ ਡੈਸਪੀਰੇਸ਼ਨ ਦੇਖਣਾ, ਇਹ ਤੁਹਾਡੇ ਵਰਗੇ ਲੋਕਾਂ ਨੂੰ ਦੱਸਣਾ ਚਾਹੀਦਾ ਵੈ ਵੀ ਉਹ ਜਿਹੜੇ ਬੱਚੇ ਹੈਗੇ ਨੇ ਜਿਹੜੇ ਪੜ੍ਹ ਲਿਖ ਗਏ ਨੇ ਜਿਨ੍ਹਾਂ ਦੇ ਮਾਂ ਪਿਓ ਨੇ ਪੈਸੇ ਲਾਏ ਹੈ, ਤੁਸੀਂ ਉਹ 2,80,00,000 ਬੱਚਾ ਨਹੀਂ ਹੈ ਸਾਹਿਬ, ਉਹ ਅੱਜ ਦੀ ਡੇਟ ਦੇ ਵਿੱਚ 14 ਪਰਿਵਾਰ ਚ ਜੇ 5 ਜੀ ਹੈ ਤਾਂ 14 ਕਰੋੜ ਲੋਕ ਉਸ ਚੀਜ਼ ਨਾਲ ਇਫੈਕਟਡ ਹੈਗੇ ਆ। ਉਹ 14 ਕਰੋੜ ਦਾ ਮਤਲਬ ਉਹ 2,80,00,000 ਪਰਿਵਾਰ ਨੇ ਜਿਹਦੇ ਚ ਮਾਂ ਵੀ ਇਫੈਕਟਡ ਹੈ ਵੀ ਮੇਰਾ ਮੁੰਡਾ ਘਰੇ ਬੈਠਾ ਵੇਲਾ, ਤੇ ਉਹ ਇਫੈਕਟਡ ਹੈ ਵੀ ਮੈਂ ਸਾਰਾ ਪੈਸਾ ਲੋਨ ਲੈ ਕੇ ਬੱਚੇ ਨੂੰ ਪੜ੍ਹਾਇਆ, ਉਹਨੂੰ ਕੁਛ ਨੀ ਮਿਲਦਾ। ਭੈਣ ਇਫੈਕਟਡ ਇਸ ਕਰਕੇ ਹੈਗੀ ਹੈ ਕਿ ਵੀ ਮੇਰਾ ਭਰਾ ਜਿਹੜਾ ਕੁਛ ਕਮਾ ਕੇ ਲਿਆਊਗਾ, ਛੋਟਾ ਕਹਿੰਦਾ ਵੀ ਜੇ ਵੱਡੇ ਨੇ ਕੁਛ ਨੀ ਕੀਤਾ ਮੈਨੂੰ ਪੜ੍ਹਨ ਦੀ ਕੀ ਲੋੜ ਹੈ। ਤਾਂ ਤੁਸੀਂ ਕਹਿੰਦਾ ਸੋਸ਼ਲ ਇੰਪੈਕਟ ਜੇ ਦੇਖੋ, ਇਹ ਐਡੀ ਵੱਡੀ ਜਿਹੜਾ ਇਹ ਤ੍ਰਾਸਦੀ ਜਿਹੜੀ ਇਸ ਟਾਈਮ ਹੋ ਰਹੀ ਹੈ, ਇਹ ਇੱਕ ਬੜੀ ਵੱਡੀ ਹੈ। ਸਟਾਰਟਅਪ ਇੰਡੀਆ ਟੋਟਲ ਫੇਲ ਹੋ ਗਿਆ ਜੀ, ਸਟਾਰਟਅਪ ਇੰਡੀਆ ਥੋੜੀ ਟੋਟਲ ਫੇਲ ਹੋ ਗਿਆ ਵੈ। ਇਹ ਝੂਠੀਆਂ ਜਿਹੜੀਆਂ ਵੈ ਆਪਣੀਆਂ ਡਾਟਾ ਪੇਸ਼ ਕਰਦੇ ਪਏ ਨੇ, ਮੁਦਰਾ ਸਕੀਮ ਦੇ ਵਿੱਚ ਕਹਿ ਰਹੇ ਨੇ ਜੀ ਅਸੀਂ 10 ਕਰੋੜ ਲੋਕਾਂ ਨੂੰ ਦੇਤਾ ਲੋਨ, ਉਹ 10 ਕਰੋੜ ਕਿਹੜੇ ਲੋਕਾਂ ਨੂੰ ਇੰਪਲੋਇਮੈਂਟ ਦਿੱਤੀ? ਉਹ ਤਾਂ ਉਹੀ ਹੋਏ ਲੋਨ ਸਿਰਫ ਅੱਜ ਦੀ ਰੇਟ ਦੇ ਵਿੱਚ ਸਭ ਆਮ ਬੰਦੇ ਨੂੰ ਉਹਨੂੰ ਮਿਲਦਾ ਜਿਹਨੂੰ ਲੋਨ ਦੀ ਕੋਈ ਲੋੜ ਨਹੀਂ। ਤੁਸੀਂ ਜਿਸ ਨੂੰ ਐਕਚੁਅਲੀ ਲੋੜ ਹੈਗੀ ਹੈ ਉਸਨੂੰ ਤਾਂ ਬੈਂਕ ਲੋਨ ਦੇ ਕੇ ਰਾਜ਼ੀ ਨਹੀਂ ਹੈ। ਜੀ ਜੀ, ਬੈਂਕਾਂ ਦੇ ਵਿੱਚ ਤਾਂ ਹਾਲ ਇਹ ਹੋ ਗਿਆ ਵਾ ਆਫਟਰ ਨੀਰਵ ਮੋਦੀ ਐਂਡ ਆਲ, ਕਿ ਜਿਹੜੇ ਪਬਲਿਕ ਸੈਕਟਰ ਬੈਂਕਸ ਹੈ ਜਿਹੜਾ ਜਿਨ੍ਹਾਂ ਦੇ ਸੋਚ ਭਰੋਸਾ ਵੀ ਟੁੱਟ ਗਿਆ ਬੈਂਕਾਂ ਦਾ ਨਹੀਂ ਉਹ ਤਾਂ ਜਿਹੜੀ ਅੱਗੇ ਤੁਹਾਡੇ ਤੋਂ ਇੱਕ ਡਾਕੂਮੈਂਟ ਮੰਗਦੇ ਸੀ ਔਰ 10 ਮਿੰਟਾਂ ਦੇ ਵਿੱਚ ਜਾਂ 1 ਦਿਨ ਦੇ ਵਿੱਚ ਜਾਂ 2 ਦਿਨ ਦੇ ਵਿੱਚ ਦਿੰਦੇ ਸੀ, ਉਹ 1 ਦੀ ਥਾਂ 10 ਡਾਕੂਮੈਂਟ ਮੰਗਣ ਲੱਗ ਪਏ ਔਰ 100 ਦਿਨ ਲਾਉਣ ਲੱਗ ਪਏ ਤੁਹਾਨੂੰ ਲੋਨ ਦੇਣ ਲਈ। ਮੇਰਾ ਕਹਿਣ ਦਾ ਮਤਲਬ ਕਿ ਜਦੋਂ ਤੁਸੀਂ ਚੀਜ਼ਾਂ ਇੰਨੀਆਂ ਤੰਗ ਕਰ ਦਿਓਗੇ, ਜਦੋਂ ਇਕੋਨਮੀ ਚੱਲੇਗੀ ਨਹੀਂ, ਵਪਾਰ ਚੱਲੇਗਾ ਨਹੀਂ, ਲੋਕਾਂ ਨੂੰ ਖੁਸ਼ਹਾਲੀ ਵਾਲੇ ਪਾਸੇ ਜਿਹੜਾ ਹੈਗਾ ਵੈ, ਔਰ ਇਹਦਾ ਇੱਕ ਬੜਾ ਵੱਡਾ ਜਿਹੜਾ ਰੀਜ਼ਨ ਹੈ ਅੱਜ ਦੀ ਰੇਟ ਦੇ ਵਿੱਚ, ਤੁਸੀਂ ਸ਼ਾਇਦ ਇਸ 'ਤੇ ਡਿਬੇਟ 'ਤੇ ਰੱਖੋ ਜਿਵੇਂ ਤੁਸੀਂ ਸ਼ਡਿਊਲ ਕਾਸਟਾਂ ਦੀ ਹੁਣੇ ਗੱਲ ਕਰ ਰਹੇ ਸੀਗੇ, ਇਹ ਸਭ ਇਹ ਇੱਕ ਰੀਜ਼ਨ ਹੈਗਾ ਵੈ ਕਿ ਜਦੋਂ ਆਰਥਿਕ ਤੰਗੀ ਆਉਂਦੀ ਹੈ ਫਿਰ ਸਾਨੂੰ ਕਾਸਟ ਐਂਡ ਰਿਲੀਜੀਅਸ ਸਾਡੇ ਰਾਈਟਸ ਜਿਹੜੇ ਉਹਦੇ ਨੈਚੁਰਲ ਕੌਨਸੀਕੁਐਂਸ ਹੈ, ਬਿਕੋਜ਼ ਉਹ ਸੋਸ਼ਲ ਟੈਂਸ਼ਨ ਹੁੰਦੀ ਹੈ। ਉਹ ਸੋਸ਼ਲ ਟੈਂਸ਼ਨ ਦੇ ਵਿੱਚ ਫਿਰ ਬੱਚਿਆਂ ਦਾ ਬਲਤਕਾਰ ਹੋਣਾ, ਇੱਕ ਦੂਜੇ 'ਤੇ ਤੁਸੀਂ ਲੜਾਈ ਕਰਨੀ, ਸੋਸ਼ਲ ਕੋਹੀਜਨ ਨੂੰ ਤੋੜ ਦੇਣਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਵੈ ਇਹ ਸਿਰਫ ਔਰ ਸਿਰਫ ਤਦ ਹੁੰਦੀਆਂ ਵੈ ਜਦੋਂ ਘਰ ਦੇ ਵਿੱਚ ਮੰਦਹਾਲੀ ਹੁੰਦੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਬਰੋਡਲੀ ਉਹ ਕਹਿੰਦੇ ਇਹਨਾਂ ਦੀ ਆਪਣੀ ਫਾਈਲਾਂ ਦੇ ਚਾਹੇ ਗੁਲਾਬੀ ਹੋਣ ਅਤੇ ਉਹ ਜਿਹੜਾ ਵੈ ਵੀ ਗਰੀਬ ਬੰਦੇ ਦੇ ਘਰ ਤਾਂ ਟੁੱਟੀ ਰਕਾਬੀ ਹੈ, ਇਹ ਬੜਾ ਮਸ਼ਹੂਰ ਇੱਕ ਸ਼ੇਅਰ ਹੈ ਕਿ ਵੀ ਤੁਸੀਂ ਤੁਹਾਡੀਆਂ ਸਰਕਾਰੀ ਫਾਈਲਾਂ ਹੀ ਗੁਲਾਬੀ ਗੁਲਾਬੀ ਹੈ ਪਰ ਥੱਲੇ ਜਿਹੜਾ ਵੈ ਉਹ ਤਾਂ ਬਹੁਤ ਬੁਰਾ ਮੰਦਹਾਲੀ ਹੈਗੀ ਹੈ। ਮੇਰਾ ਆਪਣਾ ਇਹ ਮੰਨਣਾ ਵੈ ਕਿ ਡੀਮੋਨੀਟਾਈਜੇਸ਼ਨ ਦਾ ਜੇ ਇਹ ਦੁਬਾਰਾ ਇਹੋ ਜਿਹਾ ਕੋਈ ਐਕਸਪੈਰੀਮੈਂਟ ਕਰ ਰਹੇ ਹੈਗੇ ਕਿ ਇੱਕੋ ਦਮ ਫਿਰ ਅਸੀਂ ਕੈਸ਼ ਕਰੰਚ ਕਰੀਏ, ਲੋਕਾਂ ਨੂੰ ਫਿਰ ਅਸੀਂ ਕੈਸ਼ਲੈਸ ਕਰੀਏ ਅਤੇ ਉਹਨਾਂ ਨੂੰ ਫਿਰ ਅਸੀਂ ਦੂਜੇ ਪਾਸੇ ਤੋਰੀਏ ਕਿ ਵੀ ਤੁਸੀਂ ਤਾਂ ਕਾਰਡ ਯੂਜ਼ ਕਰੋ ਅਤੇ ਤੁਸੀਂ ਤਾਂ ਆਹ ਯੂਜ਼ ਕਰੋ, ਆਈ ਥਿੰਕ ਇਟ ਇਜ਼ ਅ ਵੈਰੀ ਵੈਰੀ ਡੇਂਜਰਸ ਸਟੈਪ ਔਰ ਖਾਸ ਕਰਕੇ ਸਾਡੇ ਪੇਂਡੂ ਭਰਾਵਾਂ ਲਈ ਜਿਹੜੇ ਉਹ ਅਨਔਰਗਨਾਈਜ਼ ਸੈਕਟਰ ਦੇ ਜਿਹੜੇ ਗਰੀਬ ਹੈ ਜਿਨ੍ਹਾਂ ਨੂੰ
ਕੈਸ਼ ਦੇ ਨਾਲ ਹੀ ਸਿਕਿਉਰਿਟੀ ਮਿਲਦੀ ਹੈ ਉਹਨਾਂ ਦੀ ਜੇਬ 'ਚ ਜਦ ਤੱਕਰ ਕੈਸ਼ ਨਹੀਂ ਹੁੰਦਾ ਨਾ ਸਾਹਿਬ। ਚਲੋ ਇੱਕ ਸਵਾਲ ਮਹਿਰਾ ਸਾਹਿਬ ਵੱਲ ਵੀ ਮੈਂ ਰੁੱਕ ਕਰਾਂ, ਰਮਨ ਜੀ ਨੇ ਬੜੇ ਵਿਸਥਾਰ ਨਾਲ ਵੱਖ ਵੱਖ ਪੁਆਇੰਟ 'ਤੇ ਗੱਲ ਕੀਤੀ। ਮਹਿਰਾ ਸਾਹਿਬ, ਜ਼ਮੀਨ 'ਤੇ ਆਮ ਲੋਕ ਨੇ ਜਿਹੜੇ, ਜੇ ਮੈਂ ਦੇਸੀ ਭਾਸ਼ਾ 'ਚ ਗੱਲ ਕਰਾਂ, ਕਿਉਂਕਿ ਜਦੋਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਤਾਂ ਚਿਹਰਿਆਂ ਨੂੰ ਮੂਹਰੇ ਰੱਖਿਆ ਜਾਂਦਾ। ਮਨਮੋਹਨ ਸਿੰਘ ਵੀ ਇੱਕ ਚਿਹਰਾ ਸੀ 2014 'ਚ, ਨਰਿੰਦਰ ਮੋਦੀ ਵੀ ਇੱਕ ਚਿਹਰਾ ਸੀ 2014 'ਚ। ਨਰਿੰਦਰ ਮੋਦੀ ਤੋਂ ਬਹੁਤ ਆਸ ਪੈਦਾ ਹੋਈ ਸੀ ਉਦੋਂ, ਲੋਕਾਂ ਨੂੰ ਲੱਗਦਾ ਸੀ ਕ੍ਰਿਸ਼ਮਾਈ ਲੀਡਰ ਹੈ, ਗੁਜਰਾਤ ਦੀ ਸ਼ਕਲ ਬਦਲਤੀ, ਮੁਲਕ ਦੀ ਸ਼ਕਲ ਬਦਲ ਦੂਗਾ ਨਰਿੰਦਰ ਮੋਦੀ। ਸਾਡੇ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਸਨਮਾਨ ਵੀ ਹੈ ਪਰ ਸਿਆਸਤਦਾਨ ਵੀ ਨੇ, ਜੋ ਕਹਿ ਕੇ ਵੋਟਾਂ ਮੰਗੀਆਂ ਸੀ ਮੋਦੀ ਸਾਹਿਬ ਨੇ, ਹੁਣ ਲੋਕ ਮਹਿਸੂਸ ਕਰਦੇ ਨੇ ਕਿ ਮੋਦੀ ਸਾਹਿਬ ਨੇ ਜੋ ਕਿਹਾ ਸੀ ਉਹ ਪੂਰਾ ਕਰਤਾ ਆਮ ਲੋਕਾਂ 'ਚ, ਕਿਉਂਕਿ ਤੁਸੀਂ ਵਿਚਰ ਕੇ ਆਏ ਹੋ ਅੱਜ, ਤੁਸੀਂ ATM ਵਾਲਾ ਮਾਹੌਲ ਵੀ ਦੇਖਿਆ ਅਤੇ ਆਮ ਲੋਕਾਂ ਨੂੰ ਵੀ ਮਿਲਿਓ। ਡੱਲਾ ਜੀ, ਗੱਲ ਉਹੀ ਆ ਜਾਂਦੀ, ਹਰ ਸਿਆਸਤਦਾਨ ਆਪਣਾ ਵੋਟ ਬੈਂਕ ਤਾਂ ਦੇਖਦਾ, ਲੇਕਿਨ ਜਦੋਂ ਲੋਕਾਂ ਨਾਲ ਵਾਅਦੇ ਕੀਤੇ ਹੁੰਦੇ ਨਾ ਤਾਂ ਲੋਕ ਇਹ ਨਹੀਂ ਭੁੱਲ ਜਾਂਦੇ, ਉਹ ਜ਼ਰੂਰ ਯਾਦ ਰੱਖਦੇ ਨੇ। ਜੇ ਅੱਜ ਨੋਟਬੰਦੀ ਨੂੰ ਯਾਦ ਕਰ ਰਹੇ ਆ ਅਤੇ ਅੱਜ ਫਿਰ ਉਹੀ ਪ੍ਰੋਬਲਮ ਕ੍ਰੀਏਟ ਹੋ ਗਈ ਆ, ਤਾਂ ਉਹਨਾਂ ਨੇ ਯਾਦ ਕਰਨਾ ਹੀ ਆ ਵੀ ਸਾਡੇ ਅੱਛੇ ਦਿਨ, ਤੁਸੀਂ ਕਿਹਾ ਸੀ ਅੱਛੇ ਦਿਨ ਜਿਹੜੇ ਕਿੱਦਾਂ ਆਉਣਗੇ। ਹਰ ਆਦਮੀ ਨੂੰ ਘਰ ਦੇ ਵਿੱਚ ਆਪਣੀ ਜਿਹੜੀ ਮੇਨ ਜ਼ਰੂਰਤਾਂ ਨਾ, ਜਿਹੜੀਆਂ ਰੋਜ਼ ਬੰਦਾ ਦੀਆਂ, ਉਹ ਅਗਰ ਪੂਰੀਆਂ ਹੋ ਜਾਣਾ ਤਾਂ ਉਹ ਕਹਿੰਦੇ ਸਰਕਾਰ ਵਧੀਆ, ਘੱਟੋ ਘੱਟ ਸਾਨੂੰ ਰੋਟੀ ਤਾਂ ਖਾਣ ਨੂੰ ਮਿਲਦੀ ਹੈ, ਸਾਡਾ ਮੁੰਡੇ ਨੂੰ ਨੌਕਰੀ ਤਾਂ ਮਿਲ ਰਹੀ ਹੈ, ਸਾਡਾ ਬੀਵੀ ਬੱਚੇ ਜਿਹੜੇ ਪਲ ਰਹੇ ਆ ਉਹਨਾਂ ਨੂੰ ਉੱਥੇ ਤੱਕ ਮਤਲਬ ਆ। ਜਦੋਂ ਉਹ ਵੀ ਪ੍ਰੋਬਲਮ ਆ ਜਾਂਦੀ ਹੈ ਦੈਨ ਜਿਹੜਾ ਹੈ ਨਾ ਉਹ ਸਮਾਜ ਦੇ ਵਿੱਚ ਜਿਹੜੇ ਆਮ ਲੋਕ ਆ ਜਿਹਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਾਂ ਹੁਣ ਅੱਜ ਡਾਟਾ ਹੁਣੇ ਦੱਸਿਆ ਸੀਗਾ ਰਮਨ ਜੀ ਨੇ ਵੀ 90,000 ਨੌਕਰੀਆਂ ਅਤੇ 3 ਕਰੋੜ ਲਗਭਗ 2.80 ਕਰੋੜ ਬੰਦੇ ਪਹੁੰਚ ਗਏ, ਇਹ ਇੱਕ ਡਿਪਾਰਟਮੈਂਟ ਦੀ ਗੱਲ ਆ ਰੇਲਵੇ ਦੇ ਵਿੱਚ। ਇਹਦਾ ਮਤਲਬ ਇੰਨੇ ਤਾਂ ਬੇਰੁਜ਼ਗਾਰ ਬੈਠੇ ਨੇ ਜਿਹੜਾ ਕਿ ਜਿਹਨਾਂ ਨੂੰ ਨੌਕਰੀਆਂ ਨਹੀਂ ਆ। ਜਦੋਂ ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਮਿਲੇਗੀ ਉਹ ਫਿਰ ਜਿਹੜਾ ਸਮਾਜ ਦੇ ਵਿੱਚ ਕੁਰੀਤੀਆਂ ਹੋਣਗੀਆਂ ਉਹ ਕਿਸੇ ਹੋਰ ਪਾਸੇ ਲੱਗਣਗੇ, ਜਾਂ ਤਾਂ ਡਰੱਗ ਵੇਚਣਗੇ, ਜਾਂ ਗੈਂਗਸਟਰ ਬਣਨਗੇ, ਜਾਂ ਫਿਰ ਆਪ ਨਸ਼ੇ ਦਾ ਸ਼ਿਕਾਰ ਹੋਣਗੇ। ਇਹ ਚੀਜ਼ਾਂ ਜਿਹੜੀਆਂ ਜਦੋਂ ਪੈਦਾ ਹੁੰਦੀਆਂ ਉਹਦਾ ਜਿਹੜਾ ਬੈਕਬੋਨ ਹੁੰਦੀ ਹੈ ਉਹ ਸਰਕਾਰ 'ਤੇ ਗਿਰਦੀ ਹੈ, ਕਿਉਂਕਿ ਸਰਕਾਰ ਨੇ ਉਹਨੂੰ ਸਮਝਾਉਣਾ ਸਰਕਾਰ, ਕਿਉਂਕਿ ਐਵਰੀਵੇਅਰ ਜਿਹੜਾ ਹੁੰਦਾ ਨਾ ਸਿਸਟਮ ਵਰਕ ਕਰਦਾ, ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਾਂਗਰਸ ਵੀ 70 ਸਾਲ ਰਾਜ ਕੀਤਾ, ਬੀਜੇਪੀ ਨੇ ਵੀ ਕੀਤਾ, ਹੋਰ ਪਹਿਲਾਂ ਜਨਤਾ ਦਲ ਨੇ ਵੀ ਕੀਤਾ, ਬੜੀਆਂ ਆਈਆਂ, ਲੇਕਿਨ ਸਿਸਟਮ ਇਹ ਨਹੀਂ ਵੀ ਉੱਥੇ ਦਾ। ਮਨਮੋਹਨ ਸਿੰਘ ਪੰਜਾਬੀਆਂ ਨੂੰ ਯਾਦ ਆਏ, ਮਨਮੋਹਨ ਸਿੰਘ ਪੰਜਾਬੀਆਂ ਨੂੰ ਯਾਦ ਆਏ, ਮੈਂ ਮੂਲ ਮੁੱਦੇ 'ਤੇ ਜਾਵਾਂ, ਕਿਉਂਕਿ ਜੰਗ 2000 ਜਿਹੜੀਆਂ ਅਗਲੀਆਂ 2019 ਦੀਆਂ ਲੋਕ ਸਭਾ ਚੋਣਾਂ ਦੀਆਂ ਉਹ ਵੀ ਤਿਆਰੀਆਂ ਨੇ, 10.5 ਮਹੀਨੇ ਰਹਿ ਗਏ ਨੇ। ਅੱਜ ਲੋਕਾਂ ਨੂੰ ਮਨਮੋਹਨ ਸਿੰਘ ਯਾਦ ਆਉਂਦੇ ਪੰਜਾਬ 'ਚ? ਬਿਲਕੁਲ, ਅੱਜ ਕਿਉਂਕਿ ਗੱਲ ਹੋ ਰਹੀ ਹੈ ਇਕੋਨਮੀ ਦੀ, ਜਦੋਂ ਇਕੋਨਮੀ ਦੀ ਗੱਲ ਹੋ ਰਹੀ ਹੈ ਤਾਂ ਪੂਰੇ ਦੇਸ਼ ਦੀ ਗੱਲ ਹੋ ਰਹੀ ਹੈ, ਦੇਸ਼ ਦਾ ਹਰ ਇੱਕ ਨਾਗਰਿਕ ਜਿਹੜਾ ਇਸ ਵੇਲੇ ਯਾਦ ਕਰ ਰਿਹਾ, ਕਿਉਂਕਿ ਜਿੱਦਾਂ GDP ਦੀ ਗੱਲ ਕਰੀਏ ਤਾਂ GDP ਹਰ ਬੰਦੇ ਨੂੰ ਪਤਾ GDP ਕੀ ਹੁੰਦਾ, ਆਮ ਬੰਦੇ ਨੂੰ ਪੇਂਡੂ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ। ਜਦੋਂ ਅੱਜ ਦੀ ਡੇਟ 'ਚ ਦਾ ਜਿਹੜਾ ਡਾਟਾ ਹੈਗਾ 7.3 GDP, ਹਾਲਾਂਕਿ ਕਹਿ ਰਿਹਾ ਵੀ ਉਹ ਵਧਣ ਦੀ ਆਸ ਹੈਗੀ ਆ, ਕਿੰਨਾ ਵਧੂਗਾ, 7.8 ਤਾਂ ਪਹਿਲਾਂ ਛੱਡ ਦਿੱਤਾ, ਫਿਰ 6 ਕੁਛ ਤੋਂ ਸ਼ੁਰੂ ਕੀਤਾ ਵਿੱਚ ਨੋਟਬੰਦੀ ਹੋ ਗਈ, ਹਾਲਾਂਕਿ ਭਾਵਾਂ ਫੋਰਨ ਦੇ ਬੈਂਕਾਂ ਨੇ ਵੀ ਕਿਹਾ ਇੰਡੀਆ ਦੀ ਇਕੋਨਮੀ ਜਿਹੜੀ ਹੈ ਨੋਟਬੰਦੀ ਤੋਂ ਬਾਅਦ ਸਹੀ ਹੋਈ ਹੈ, ਲੇਕਿਨ ਸਹੀ ਗਈ ਹੈ, ਲੇਕਿਨ ਗਰਾਊਂਡ ਲੈਵਲ ਜਿਹੜੀ ਤੁਸੀਂ ਗੱਲ ਕੀਤੀ, ਗਰਾਊਂਡ ਲੈਵਲ 'ਤੇ ਹਜੇ ਉਹ ਪ੍ਰੋਪਰ ਸਹੀ ਨਹੀਂ ਹੋਈ, ਕਿਉਂਕਿ ਅੱਜ ਦਾ ਵੀ ਜਿਹੜਾ ਡਾਟਾ ਆ ਗਿਆ ਹੁਣ ਜਿਹੜੇ ਕੈਸ਼ਲੈਸ ਹੋ ਰਿਹਾ, ਲੋਕਾਂ ਨੂੰ ਡਰ ਪੈ ਗਿਆ ਵੀ ਅਸੀਂ ATM ਤੋਂ ਪੈਸੇ ਕਢਾ ਲਈਏ, ਉਹ ਬੈਂਕ ਕੀ ਕਰਨਗੇ, ਬੈਂਕਾਂ ਕੋਲ ਤਾਂ ਪੈਸਾ ਖਤਮ ਹੋ ਜਾਏਗਾ, ਉਹ ਤਾਂ ਇੱਕ ਲਿਮਿਟਡ ਹੁੰਦਾ। ਇਕਾਨਮੀ ਨੂੰ ਸੁਧਾਰ, ਇਕਾਨਮੀ ਦਾ ਸੁਧਾਰ ਮੈਂ ਦੇਸੀ ਸ਼ਬਦਾਂ 'ਚ ਕਹਾਂ ਅਤੇ ਪਿੰਡ 'ਚ ਜਾ ਕੇ ਪਤਾ ਲੱਗਦਾ ਹੈ, ਬਿਲਕੁਲ, ਜਦੋਂ ਪਿੰਡ 'ਚ ਪਾਪੜ ਵੇਚਣ ਵਾਲਾ ਆਉਂਦਾ ਹੈ ਅਤੇ ਹਰ ਘਰ 'ਚ ਪਾਪੜ ਖਰੀਦਿਆ ਜਾਂਦਾ ਹੈ। ਸੋ ਅੱਜ ਸਥਿਤੀ ਇਹ ਹੈ ਕਿ ਪਾਪੜ ਵਾਲੇ ਦੀ ਜਿਹੜੀ ਦਿਹਾੜੀ ਹੈ ਉਹ ਵੀ ਪੂਰੀ ਨਹੀਂ ਹੁੰਦੀ ਅਤੇ ਪਾਪੜਾਂ ਦਾ ਖਰਚਾ ਉਹਦਾ ਨਹੀਂ ਨਿਕਲਦਾ, ਕਿਉਂਕਿ 2 ਪਾਪੜਾਂ ਵਾਲਿਆਂ ਨਾਲ ਮੈਂ ਪਰਸੋਂ ਅੱਧਾ ਘੰਟਾ ਉਹਨਾਂ ਦੀ ਸਥਿਤੀ 'ਤੇ ਗੱਲ ਕੀਤੀ ਹੈ ਕਿ ਪਿਛਲੇ 4-5 ਸਾਲਾਂ 'ਚ ਬਦਲਾ ਕਿਹੋ ਜਿਹਾ ਨੇ। ਰਮਨ ਜੀ, ਜੋ ਹਾਲਾਤ ਚੱਲ ਰਹੇ ਨੇ, 2019 ਬੜਾ ਨੇੜੇ ਹੈ, 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਮੁੱਦੇ ਉਭਾਰ ਫੜਨਗੇ, ਇਹ ਰਾਜਨੀਤਿਕ ਵਿਸ਼ਾ,
ਪਰ ਕੀ ਲੋਕ ਸਾਡੇ ਮੁਲਕ ਦੇ ਇਹਨਾਂ ਵਿਸ਼ਿਆਂ ਨੂੰ ਸਮਝਣਗੇ ਕਿ ਇਕੋਨਮੀ ਦਾ ਸੁਧਰਨਾ ਸਾਡੇ ਮੁਲਕ ਲਈ ਜ਼ਰੂਰੀ ਕਿੰਨਾ, ਅਤੇ ਇਕੋਨਮੀ ਦਾ ਸੁਧਰਨਾ ਸਿਰਫ ਲੀਡਰਾਂ ਦੇ ਲਾਰਿਆਂ ਦੇ ਨਾਲ ਪੂਰ ਚੜੂਗਾ ਜਾਂ ਉਹਦੇ ਲਈ ਕੋਈ ਅਜਿਹੇ ਲੀਡਰ ਦੀ ਪਛਾਣ ਕਰਨੀ ਪਊਗੀ ਜਿਹੜਾ ਹੱਥਾਂ 'ਤੇ ਸਰੋਂ ਜਮਾ ਸਕਦਾ? ਦੇਖੋ ਤੁਸੀਂ ਜਿਹੜੀ ਗੱਲ ਹੈਗੀ ਹੈ ਡੱਲਾ ਸਾਹਿਬ ਗੱਲ ਕਰ ਰਹੇ ਹੈ ਕਿ ਉਹ 2019 ਦੇ ਪਰਸਪੈਕਟਿਵਲੀ ਮੈਨੂੰ ਲੱਗਦਾ ਵੈ ਕਿ ਉਸ ਤੋਂ ਪਹਿਲਾਂ ਹਾਲੇ ਬੜੇ ਪੜਾਅ ਆਉਣੇ ਆ, ਹਾਲੇ ਕਰਨਾਟਕਾ ਦਾ ਇਲੈਕਸ਼ਨ ਹੈ, ਬਾਕੀ ਇਲੈਕਸ਼ਨ ਹੈ ਜਿੱਥੇ ਕਿ ਗੌਰਮੈਂਟਸ ਨੇ ਗੌਰਮੈਂਟਸ ਦੀਆਂ ਲੋਕਲ ਔਰ ਜਿਹੜੀਆਂ ਨੈਸ਼ਨਲ ਪੋਲਿਸੀਜ਼ ਹੋਣਗੀਆਂ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਬੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈਗਾ ਵੈ, ਜਿਵੇਂ ਤੁਸੀਂ ਪਾਪੜ ਵਾਲੀ ਦੀ ਗੱਲ ਕਹੀ ਹੈਗੀ ਹੈ, ਇਹਨਾਂ ਨੇ ਕਿਹਾ ਵੈ ਕਿ ਤੁਸੀਂ ਇਹ ਨਾ ਭੁੱਲੋ ਕਿ ਅਪ੍ਰੈਲ ਔਰ ਮਈ ਜਿਹੜੇ ਟਾਈਮ ਹੈਗੇ ਸਾਡੇ ਹਾਰਵੈਸਟਿੰਗ, ਅਪ੍ਰੈਲ ਮਈ ਜੂਨ ਬੜੇ ਇੰਪੋਰਟੈਂਟ ਹਾਰਵੈਸਟਿੰਗ ਐਂਡ ਸੋਇੰਗ ਦੇ ਸਾਡੇ ਹੈਗੇ। ਜੇ ਜ਼ਿਮੀਦਾਰ ਕੋਲ ਟਾਈਮ ਸਿਰ ਪੈਸਾ ਨਾ ਮਿਲਿਆ, ਜੇ ਉਸਨੂੰ ਅਗਲੀ ਫਸਲ ਲਈ ਉਹਦੇ ਕੋਲ ਲੋਨ ਨਹੀਂ ਆਏਗਾ, ਉਸਨੇ ਆਪਣੀ ਉਹਦੀ ਜਿਹੜੀ ਸਮਾਜ, ਅਤੇ ਇਹ ਤਾਂ ਬੜਾ ਵੱਡਾ ਸੋਸ਼ਲ ਅਨਰੈਸਟ ਜਿਹੜਾ ਕਿ ਬੜਾ ਇੰਪੋਰਟੈਂਟ ਟੋਪਿਕ ਤੁਸੀਂ ਲਿਆ ਹੈਗਾ ਵੈ ਕਿ ਅਲਟੀਮੇਟਲੀ ਸਰਕਾਰਾਂ ਨੇ ਇਸ ਚੀਜ਼ ਨੂੰ ਇਨਸ਼ੋਰ ਕਰਨਾ ਵੈ ਕਿ ਕਿਸ ਤਰ੍ਹਾਂ ਅਸੀਂ ਇਹ ਜਿਹੜੀ 6-7.3 ਦੀ ਜਿਹੜੀ ਗਰੋਥ ਹੈ ਉਹ ਇਕੱਲੀ ਜੀ ਡੀ ਪੀ ਦੀ ਗਰੋਥ ਨਾ ਹੋਵੇ ਜੀ, ਉਹ ਲੋਕਾਂ ਦੀ ਪ੍ਰੋਸਪੈਰਿਟੀ ਦੀ ਵੀ ਗਰੋਥ ਹੋਵੇ। ਉਹ ਇਹਨਾਂ ਦੇ ਆਪਣੇ ਆਰ ਐਸ ਐਸ ਦੇ ਮੋਹਨ ਭਾਗਵਤ ਨੇ ਅੱਜ ਇੱਕ ਬਿਆਨ ਇਹ ਵੀ ਦਿੱਤਾ ਕੈਸ਼ਲੈਸ ਨਹੀਂ ਚੱਲਣਾ। ਦੂਸਰਾ ਵੈ ਕਿ ਵੀ ਜਿਹੜੀ ਇਕੱਲੀ ਜੀ ਡੀ ਪੀ ਦੀ ਗਰੋਥ ਇਜ ਨੋਟ ਦ ਕਰੈਕਟ ਮੇਜਰ ਆਫ ਪ੍ਰੋਸਪੈਰਿਟੀ ਇਨ ਦ ਅਮੰਗਸਟ ਦ ਪੀਪਲ। ਤੋ ਮੈਂ ਆਪਣਾ ਇਹ ਮੰਨਣਾ ਵੈ ਕਿ ਵੀ ਹਿੰਦੁਸਤਾਨ ਇਸ ਟਾਈਮ ਮਲਟੀਪਲ ਟੈਨਸ਼ਨ ਦੇ ਵਿੱਚੋਂ ਦੀ ਗੁਜ਼ਰ ਰਿਹਾ ਵੈ। ਅਸੀਂ ਇੱਕ ਪਾਸੇ ਕਾਸਟ ਟੈਨਸ਼ਨ ਦੇਖ ਰਹੇ ਹਾਂ, ਇੱਕ ਪਾਸੇ ਰਿਲੀਜੀਅਸ ਟੈਨਸ਼ਨ ਦੇਖ ਰਹੇ ਹਾਂ, ਫਿਰ ਅਸੀਂ ਇੰਸਟੀਟਿਊਸ਼ਨਸ ਦੀ ਬ੍ਰੇਕਡਾਊਨ ਦੀ ਵੀ ਟੈਨਸ਼ਨ ਦੇਖ ਰਹੇ ਹਾਂ। ਜੁਡੀਸ਼ਰੀ ਵਰਸਿਜ਼ ਐਗਜ਼ੈਕਟਿਵ ਦੀ ਇੱਕ ਬੜੀ ਜ਼ਬਰਦਸਤ ਕ੍ਰਾਈਸਿਸ ਆਇਆ ਪਿਆ ਵੈ। ਉਸ ਦੇ ਵਿੱਚ ਤੁਸੀਂ ਜੇ ਇੱਕ ਇਕਨੋਮਿਕ ਜਿਹੜਾ ਕ੍ਰਾਈਸਿਸ ਹੈ ਉਸਨੂੰ ਹੋਰ ਐਗਰੀਵੇਟ ਕਰ ਦਿਓਗੇ ਅਤੇ ਫਿਰ ਇਹ ਸਰਕਾਰ ਦੀ ਤਾਂ ਸਭ ਕ੍ਰੈਡੀਬਿਲਿਟੀ ਇੱਕ ਪੈਸੇ ਵੀ ਨਹੀਂ ਰਹਿਣੀ। ਤੁਸੀਂ ਇੱਕ ਇੱਕ ਅਖੀਰ 'ਚ ਇੱਕ ਅਹਿਮ ਸਵਾਲ ਲੈ ਲਾਂ, ਰਾਹੁਲ ਗਾਂਧੀ ਜਾਂ ਮਨਮੋਹਨ ਸਿੰਘ, ਕਿਉਂਕਿ ਉਹ ਚਿਹਰਾ ਹੋਣਗੇ ਪ੍ਰਧਾਨ ਮੰਤਰੀ ਦੇ ਤੌਰ 'ਤੇ, ਜਾਂ ਮਨਮੋਹਨ ਸਿੰਘ ਜਾਂ ਰਾਹੁਲ ਗਾਂਧੀ, ਕਿੰਨਾ ਕੁ ਇਕੋਨਮੀ ਨੂੰ ਕਰੈਕਟ ਕਰ ਸਕਣਗੇ? ਕੀ ਪਿਛਲੇ ਸਮੇਂ 'ਚ ਬੀਜੇਪੀ ਦੇ ਰਾਜ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਸੁਧਾਰਨ ਦੀ ਕਮ ਸੇ ਕਮ ਸਾਲ 2 ਸਾਲ ਅੱਗੇ ਲੱਗਣਗੇ, ਜਾਂ ਕੋਈ ਨਵੇਂ ਕ੍ਰਿਸ਼ਮੇ ਦੀ ਆਸ ਅਸੀਂ ਰੱਖ ਸਕਦੇ ਹਾਂ? ਦੇਖੋ ਇਹ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਵੀ ਸਾਡੀ ਵਰਕਿੰਗ ਔਰ ਬੀਜੇਪੀ ਦੀ ਵਰਕਿੰਗ ਦੇ ਵਿੱਚ ਇੱਕ ਫੰਡਾਮੈਂਟਲ ਡਿਫਰੈਂਸ ਬੜਾ ਜ਼ਬਰਦਸਤ ਹੈ ਕਿ ਅਸੀਂ ਸੈਕੂਲਰ ਵੈਲਿਊਜ਼ ਦੇ ਨਾਲ ਔਰ ਸਾਡਾ ਕੰਸੈਂਸਸ ਦੇ ਨਾਲ ਜਿਹੜਾ ਹੈਗਾ ਵੈ ਉਹ ਗਵਰਨੈਂਸ ਦਾ ਮਾਡਲ ਰਿਹਾ ਵੈ। ਸਾਡਾ ਵਨ ਮੈਨ ਸ਼ੋਅ ਵਾਲੀ ਆਦਮੀ ਨਹੀਂ, ਚਾਹੇ ਉਹ ਤੁਸੀਂ ਨਹਿਰੂ ਜੀ ਤੋਂ ਲੈ ਕੇ, ਇੰਦਰਾ ਗਾਂਧੀ ਜੀ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਆ ਜਾਓ। ਮਨਮੋਹਨ ਸਿੰਘ ਜੀ ਤਾਂ ਬਹੁਤ ਜ਼ਿਆਦਾ ਜਿਹੜਾ ਵੈ ਜਿਹਨੂੰ ਆਪ ਕਹੋ ਕਿ ਇਨਫੈਕਟ ਇਹਨਾਂ ਦੀ ਕ੍ਰਿਟੀਸਿਜ਼ਮ ਵੀ ਹੋਈ ਸੀ ਵੀ ਹਰੇਕ ਇਸ਼ੂ 'ਤੇ ਤੁਸੀਂ ਇੰਪਾਵਰਡ ਗਰੁੱਪ ਆਫ ਮਿਨਿਸਟਰਸ ਕਿਉਂ ਬਣਾ ਦਿੰਦੇ ਹੋ, ਮਿਨਿਸਟਰ ਕਿਉਂ ਨਹੀਂ ਆਪਣੇ ਆਪ ਡਿਸੀਜਨ ਲੈਂਦਾ? ਸਾਡੀ ਤਾਂ ਕੰਸੈਂਸਸ। ਦੂਸਰਾ ਇਹ ਗੱਲ ਵੀ ਜਗ ਜ਼ਾਹਰ ਹੈ ਕਿ ਜੋ ਇੰਟਲੈਕਚੁਅਲ ਕੈਪੀਟਲ ਕਾਂਗਰਸ ਕੋਲ ਹੈਗਾ ਉਹਦਾ ਕੋਈ ਸਾਨੀ ਨਹੀਂ ਆ। ਸਾਡੇ ਕੋਲ ਐਕਸਪੀਰੀਅੰਸ ਦਾ ਜਿਹੜਾ ਹੈਗਾ ਵੈ
ਪ੍ਰੋਬਲਮਸ ਦੇਖੋ ਕੋਈ ਵੀ ਇਕਨੋਮੀ ਕੋਈ ਸਰਕਾਰ ਚਲਾਉਂਗੇ ਇੱਕ ਡਿਵੈਲਪਿੰਗ ਕੰਟਰੀ ਹੈਗੀ ਉਹਦੇ 'ਚ ਪ੍ਰੋਬਲਮ ਰਹਿਣਗੀਆਂ ਬਟ ਵਿਜ਼ਡਮ ਦੇ ਪੁਆਇੰਟ ਆਫ ਵਿਊ ਨਾਲ ਇਕਨੋਮਿਕ ਵਿਜ਼ਡਮ ਦੇ ਪੁਆਇੰਟ ਆਫ ਵਿਊ ਨਾਲ ਸਾਡੀਆਂ ਜਿਹੜੀਆਂ ਮੈਂ ਨੀਤੀਆਂ ਅੱਜ ਤੀਕਰ ਹਿੰਦੁਸਤਾਨ ਦੇ ਵਿੱਚ ਸਰਾਈਆਂ ਗਈਆਂ ਮੈਂ ਵਰਲਡ ਓਵਰ ਸਰਾਈ ਗਈ ਹੈ ਔਰ ਇਕੱਲੇ ਹੀ ਇਕੱਲੇ ਡਾਕਟਰ ਮਨਮੋਹਨ ਸਿੰਘ ਨਹੀਂ ਚਿਦੰਬਰਮ ਸਾਹਿਬ ਈਵਨ ਚ ਰਘੁਰਾਮ ਰਾਜਨ ਜਿਹੜੇ ਕਿ ਸਾਡੀ ਚੋਇਸ ਸੀਗੇ RBI ਵਗੈਰਾ ਦੇ ਆਰ ਮਤਲਬ ਆਈਕੋਨਸ ਹੈਗੇ ਨੇ ਫਾਈਨੈਂਸ਼ੀਅਲ ਵਰਲਡ ਦੇ ਮਤਲਬ ਉਹਨਾਂ ਦੀਆਂ ਗੱਲਾਂ ਜਿਹੜੀਆਂ ਮੈਂ ਸੁਣੀਆਂ ਸਮਝੀਆਂ ਔਰ ਇੰਪਲੀਮੈਂਟ ਕੀਤੀਆਂ ਜਾਂਦੀਆਂ ਵਾ ਮੈਂ ਤਾਂ ਸਿਰਫ ਔਰ ਸਿਰਫ ਸਾਨੂੰ ਇਹ ਵੈ ਕਿ ਸਰਕਾਰ ਜਿਹੜੀ ਮਰਜ਼ੀ ਹੋਵੇ ਸਰਕਾਰ ਅਲਟੀਮੇਟਲੀ ਲੋਕਾਂ ਲਈ ਕੰਮ ਕਰਨ ਵਾਲੀ ਹੋਣੀ ਚਾਹੀਦੀ ਹੈ ਜੇ ਉਹ ਲੋਕਾਂ ਲਈ ਪ੍ਰੋਬਲਮ ਹੀ ਪ੍ਰੋਬਲਮ ਕ੍ਰੀਏਟ ਕਰੇਗੀ ਤਾਂ ਉਹ ਸਰਕਾਰ ਤੁਸੀਂ 2019 ਛੱਡੋ ਉਹਨਾਂ ਦੀ ਕਦੀ ਵੀ ਦੁਬਾਰਾ ਫਿਰ ਇਸ ਤਰ੍ਹਾਂ ਦੀ ਰਿਪੀਟ ਨਹੀਂ ਹੋਣੀ ਮੈਂ ਇਹ ਸਮਝਦਾ ਹੈਗਾ ਮੈਂ ਇਹਨਾਂ ਤੋਂ ਪਹਿਲਾਂ ਜਦੋਂ ਅਟਲ ਬਿਹਾਰੀ ਜੀ ਸੀਗੇ ਵਾਜਪਾਈ ਉਹਨਾਂ ਦੀ ਸਰਕਾਰ ਦੀ ਅੱਜ ਵੀ ਲੋਕ ਅਪੋਜੀਸ਼ਨ ਵੀ ਤਾਰੀਫ ਕਰਦੀ ਹੈ ਹੀ ਵਾਜ਼ ਅ ਲੀਡਰ ਬਾਈ ਕੰਸੈਂਸਸ ਉਹਨਾਂ ਕੰਸੈਂਸਸ ਦੇ ਨਾਲ ਚੱਲੇ ਹੈ ਉਹਨਾਂ ਦੇ ਕੋਲ ਇੱਕ ਵਿਜ਼ਡਮ ਸੀ ਇੱਕ ਐਕਸਪੀਰੀਅੰਸ ਸੀਗਾ ਚਾਹੇ ਉਹ ਫਿਰ ਫੋਰਨ ਪੋਲਿਸੀਜ਼ ਦਾ ਸੀਗਾ ਚਾਹੇ ਉਹ ਫਾਈਨੈਂਸ਼ੀਅਲ ਸੈਕਟਰ ਦਾ ਸੀ ਪਰ ਇੱਕ ਗੱਲ ਹੋਰ ਹੈ ਡੱਲਾ ਸਾਹਿਬ ਜਿਸ ਪੇਸ ਦੇ ਨਾਲ ਵਰਲਡ ਦੀ ਇਕੋਨਮੀ ਔਰ ਉਹ ਸਾਡਾ ਜਿਹੜਾ ਆਰਥਿਕ ਢਾਂਚਾ ਜਿਹੜਾ ਬਦਲ ਰਿਹਾ ਜਿਹੜਾ ਕਿ ਬਹੁਤ ਜ਼ਿਆਦਾ ਹੁਣ ਟੈਕਨੋਲੋਜੀ ਨਾਲ ਇੰਟੀਗ੍ਰੇਟਿਡ ਹੋ ਗਿਆ ਵੈ ਉਹ ਅੱਜ ਤੋਂ 2 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਨਹੀਂ ਸੀ ਹੋਰ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਹੁਣ ਜਿਵੇਂ ਕਿ ਆ ਹੁਣ ਤੁਸੀਂ ਫਾਈਨੈਂਸ਼ੀਅਲ ਫਰੋਡਸ ਦੇਖ ਰਹੇ ਹੋ ਬੈਂਕਾਂ ਦੇ ਹਾਂ ਬੈਂਕਾਂ ਦੇ ਬੜੇ ਵੱਡੇ ਮਤਲਬ ਫਰੋਡਸ ਹੋ ਰਹੇ ਆ ਔਰ ਉਹ ਫਰੋਡ ਕਿਸ ਤਰ੍ਹਾਂ ਹੋਏ ਫਰੋਡ ਹੋਏ ਇਸ ਕਰਕੇ ਕਿਉਂਕਿ ਜਿਹੜੀਆਂ ਟੈਕਨੀਕਲ ਲੈਪਸਿਸ ਹੋਈਆਂ ਵੈ ਚੈੱਕ ਮੈਕਨਿਜ਼ਮ ਗਵਰਨਮੈਂਟ ਕੋ ਡਿਵੈਲਪ ਨਹੀਂ ਹੋਈ ਨਹੀਂ ਉਹ ਟੈਕਨੋਲੋਜੀ ਡਰਾਈਵਨ ਸਾਰੀ ਸਾਡੀ ਐਡਮਿਨਿਸਟ੍ਰੇਸ਼ਨ ਮੇਰਾ ਤੁਹਾਨੂੰ ਕਹਿਣ ਦਾ ਮਤਲਬ ਸਿਰਫ ਔਰ ਸਿਰਫ ਇੰਨਾ ਵੈ ਕਿ ਮੋਦੀ ਸਾਹਿਬ ਔਰ ਉਹਨਾਂ ਦੀ ਟੀਮ ਨੂੰ ਐਕਸਪੈਰੀਮੈਂਟ ਨਹੀਂ ਕਰਨੇ ਚਾਹੀਦੇ ਜੀ ਔਰ ਜੇ ਉਹ ਐਕਸਪੈਰੀਮੈਂਟ ਇਸ ਤਰ੍ਹਾਂ ਦੇ ਕਰਨਗੇ ਤਾਂ 2019 ਦੇ ਵਿੱਚ ਬੜੀ ਬੁਰੀ ਤਰ੍ਹਾਂ ਇਹ ਰਿਜੈਕਟ ਹੋਣਗੇ ਬਹੁਤ ਬਹੁਤ ਧੰਨਵਾਦ ਕਾਂਗਰਸ ਦੇ ਵਿੱਚ ਸਾਡੇ ਨਾਲ ਮੌਜੂਦ ਸਨ ਰਮਨ ਸੁਬਰਾਮਨੀਅਮ ਜੀ ਜਿਨ੍ਹਾਂ ਦਾ ਬਹੁਤ ਖਾਸ ਪਕੜ ਹੈ ਆਰਥਿਕ ਮਾਮਲਿਆਂ ਦੇ ਵਿੱਚ ਉਚੇਚੇ ਤੌਰ 'ਤੇ ਅੱਜ ਅਸੀਂ ਸਟੂਡੀਓ ਦੇ ਵਿੱਚ ਉਹਨਾਂ ਨੂੰ ਸੱਦਾ ਮਾਰਿਆ ਸੀ ਸਾਡੇ ਲਈ ਵਕਤ ਕੱਢਿਆ ਵੱਖ ਵੱਖ ਇੰਪੋਰਟੈਂਟ ਪੁਆਇੰਟਸ 'ਤੇ ਉਹਨਾਂ ਨੇ ਗੱਲ ਕੀਤੀ ਰਮਨ ਜੀ ਇੱਕ ਵਾਰ ਬਹੁਤ ਬਹੁਤ ਧੰਨਵਾਦ ਔਰ ਮਹਿਰਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਿਲਹਾਲ ਅੱਜ ਮੁੱਦੇ ਦੀ ਗੱਲ ਇੰਨਾ ਹੀ ਕੱਲ੍ਹ ਫਿਰ ਵਾਪਸ ਉਡਾਂਗੇ ਆਸ ਕਰਾਂਗੇ ਕਿ ਕੱਲ੍ਹ ਤੱਕ ATMs ਦੇ ਵਿੱਚੋਂ ਪੈਸੇ ਨਿਕਲਣੇ ਸ਼ੁਰੂ ਹੋ ਜਾਣਗੇ ਧੰਨਵਾਦ